ਸਾਲਾ ਬਿੰਦਰ ਕੀ ਕਰੀ ਜਾਂਦਾ? ਓਏ ਬਿੰਦਰਾ, ਉਹ ਕੀ ਕਰੀ ਜਾਂਦਾ ਤੂੰ? ਵੱਟ ਘੱਟ ਜਾਂਦੀ ਨਾ, ਤੈਨੂੰ ਹੋਰ ਕੀ ਕਰੀ ਜਾਂਦਾ? ਮੇਰੀ ਗੱਲ ਸੁਣ ਲੈ ਬਿੰਦਰਾ, ਅੱਜ ਫੇਰ ਤੂੰ ਰੌਲੇ ਵਾਲੀ ਗੱਲ ਕਰੀ ਜਾਂਦਾ। ਮੈਂ ਤੈਨੂੰ ਪਹਿਲਾਂ ਵੀ ਸਮਝਾਇਆ ਕਿੰਨੇ ਵਾਰੀ, ਬਿਨਾਂ ਮਤਲਬ ਤੋਂ ਪੰਗੇ ਨਾ ਲਿਆ ਕਰ ਤੂੰ। ਪੰਗੇ ਮੈਂ ਬਿਨਾਂ ਮਤਲਬ ਤੋਂ ਨਹੀਂ ਲੈਂਦਾ ਹੈਗਾ। ਜਿਹੜੀਆਂ ਚਾਰ ਕਨਾਲਾਂ ਤੇਰੇ ਦਾਦੇ ਨੇ ਦੱਬੀਆਂ ਹੋਈਆਂ ਨਾ ਸਾਡੀਆਂ, ਜਿੰਨਾ ਚਿਕਰ ਉਹ ਮੇਰੇ ਹੱਥ ਨਹੀਂ ਆਉਂਦੀ, ਉਹਨਾਂ ਚਿਕਰ ਪੰਗੇ ਤਾਂ ਅਸੀਂ ਚੱਲਦੇ ਰਹਿਣਗੇ। ਦੇਖ, ਆਪਣੇ ਦਾਦੇ ਹੋਰੀ ਭਾਈ ਤੀ ਦੋਨੇ, ਮੇਰੇ ਦਾਦੇ ਨੂੰ ਪੜਦਾਦੇ ਨੇ ਚਾਰ ਕਨਾਲਾਂ ਵੱਧ ਦਿੱਤੀਆਂ ਤੀ ਆਪਦੀ ਮਰਜ਼ੀ ਨਾਲ, ਉਹਨਾਂ ਦਾ ਆਪਸੀ ਹਿਸਾਬ ਕਿਤਾਬ 'ਚ ਲੈਣ ਦੇਣ ਤੀ ਕੋਈ। ਮੈਂ ਤੈਨੂੰ ਕਿੰਨੇ ਵਾਰੀ ਤਾਂ ਸਮਝਾਇਆ ਯਾਰ, ਕਿਉਂ ਉਜੜੀਆਂ ਖੱਡਾਂ 'ਚ ਹੱਥ ਪਾਉਣਾ ਹੁੰਦਾ? ਬਿੰਦਰਾ, ਆਪਣਾ ਬਹੁਤ ਨੁਕਸਾਨ ਹੋਜੂ, ਤੂੰ ਦਿਮਾਗ ਤੋਂ ਕੰਮ ਲੈ ਲੈ ਮਾੜਾ ਮੋਟਾ। ਮੈਂ ਕਦੋਂ ਦਾ ਲੜਾਈ ਟਾਲਦਾ ਹੁਣਾ, ਮਜਬੂਰ ਨਾ ਕਰ ਮੈਨੂੰ। ਇਹ ਲੜਾਈ ਤਾਂ ਇੱਕ ਦਿਨ ਹੋ ਕੇ ਰਹੂਗੀ, ਤੂੰ ਮੈਂ ਤੈਨੂੰ ਦੱਸਤਾ ਤਿਆਰ ਰਹੀ ਲੜਾਈ ਨੂੰ, ਇਹ ਤਾਂ ਇੱਕ ਦਿਨ ਹੋਣੀ ਹੋਣੀ ਹੈ। ਆਪਣੇ 'ਚੋਂ ਇੱਕ ਦਿਨ ਤਾਂ ਮਰਨਾ ਹੀ ਹੈ, ਇਹ ਤੈਨੂੰ ਮੈਂ ਦੱਸਤਾ। ਆਹ ਚਾਰ ਕਨਾਲਾਂ ਦਾ ਰੌਲਾ ਆਪਣਾ, ਚਾਰ ਕਨਾਲਾਂ ਮੈਨੂੰ ਦੇ ਦੇ, ਫਿਰ ਰੌਲਾ ਖਤਮ ਹੋਜੂ। ਕਿਵੇਂ ਦੇ ਦੇ? ਐਂ ਦੇ ਦੇ ਤੈਨੂੰ, ਹੈਂ ਇੰਚ ਨਹੀਂ ਦਿੰਦਾ ਮੈਂ ਤਾਂ, ਕਿਉਂ ਦੇ ਦਿਆਂ ਤੈਨੂੰ? ਹੈਂ ਕੀ ਗੱਲ, ਉਈ ਹੱਕ ਜਮਾਈ ਜਾਂਦਾ ਤੂੰ ਵਾਧੂ ਦਾ, ਰੌਲਾ ਨਿਬੜਿਆ ਨਿਬੜਾਇਆ ਗੱਲ ਹੈ ਕੋਈ ਇਹ? ਤੂੰ ਮੇਰੀ ਸ਼ਰਾਫਤ ਦਾ ਨਜਾਇਜ਼ ਫਾਇਦਾ ਲੈਂਦਾ ਬਿੰਦਰਾ, ਮੈਂ ਤੈਨੂੰ ਦੱਸਤਾ ਨੁਕਸਾਨ ਹੋਜੂ ਆਪਣੇ ਦੋਨਾਂ ਦਾ। ਕੋਈ ਗੱਲ ਨਹੀਂ, ਹੋ ਜਾਂਦੇ ਨੁਕਸਾਨ, ਮੈਨੂੰ ਕੋਈ ਪਰਵਾਹ ਨਹੀਂ ਹੈਗੀ ਨੁਕਸਾਨ ਨੁਕਸੂਨ ਦੀ। ਇੱਥੇ ਤਾਂ ਉਹਨੂੰ ਖੂਨ ਦੀਆਂ ਨਦੀਆਂ ਹੀ ਵਹਿਣਗੀਆਂ ਦੱਸਾਂ ਮੈਂ। ਅੱਛਾ, ਵਹਿਣਗੀਆਂ ਨਦੀਆਂ? ਹੈ ਨਦੀਆਂ? ਮੇਰਾ ਗਲਮਾ ਛੱਡ ਦੇ, ਮੈਨੂੰ ਦੱਸਾਂ ਕਰੋ। ਨਹੀਂ ਗਲਮਾ ਛੱਡ ਦੇ ਤੂੰ, ਤੂੰ ਮੇਰੇ ਗਲਮੇ 'ਚ ਹੱਥ ਪਾ ਕੇ ਚੰਗਾ ਨਹੀਂ ਕੀਤਾ, ਇਹਦਾ ਤੈਨੂੰ ਨਤੀਜਾ ਭੁਗਤਣਾ ਪਊ। ਓਏ ਤੂੰ ਕਰ ਲਈ ਜਿਹੜਾ ਕੁਝ ਕਰਨਾ, ਕਰ ਲਈ ਨਤੀਜਾ ਪੁੱਤਰ। ਤੂੰ ਮੇਰੇ ਬਰਦਾਸ਼ਤ ਦੀ ਹੱਦ ਖਤਮ ਕਰਤੀ ਯਾਰ, ਮੈਂ ਸ਼ਰਾਫਤ ਵਰਤੀ ਗਿਆ ਤੇਰੇ ਨਾਲ। ਛੱਡ ਬਿੰਦਰਾ, ਰਹਿਣ ਦੇ, ਤੂੰ ਰਹਿਣ ਦੇ, ਜਾਣ ਦੇ ਹਜੇ ਵੀ। ਪਤੰਦਰਾ, ਤੂੰ ਮੇਰੇ ਦਿਨੋ ਦਿਨ ਸਿਰ ਚੜੀ ਜਾਂਦੇ। ਮੈਂ ਕਹੀ ਜਾਂਦਾ ਵੀ ਲੜਨਾ ਨਹੀਂ, ਲੜਨਾ ਨਹੀਂ, ਆਖੇ ਲੱਗੀ ਦਾ ਹੁੰਦਾ ਬਿੰਦਰਾ, ਵੀਰ ਬਣ ਕੇ ਲੜਨਾ ਨਹੀਂ ਆਪਾਂ। ਜਿਹੜਾ ਤੂੰ ਮੇਰੇ ਗਲ ਮੇਰੇ ਹੱਥ ਪਾਇਆ ਨਾ, ਇਹ ਹੁਣ ਤੈਨੂੰ ਮੈਂ ਦੱਸੂਗਾ। ਦੇਖ ਬਿੰਦਰਾ, ਮਾੜਾ ਮੋਟਾ ਨਾ ਅਕਲ ਨੂੰ ਹੱਥ ਮਾਰ, ਦਿਮਾਗ ਤੋਂ ਕੰਮ ਲੈ ਲੈ ਮਾੜਾ ਮੋਟਾ। ਸਕੇ ਆਪਾਂ ਹੈਗੇ ਆ, ਕਿਉਂ ਲੋਕਾਂ ਨੂੰ ਤਮਾਸ਼ਾ ਦਿਖਾਉਂਦੇ ਆ? ਨਾਲੇ ਮੈਂ ਆਪਦੀਆਂ ਚਾਰ ਕਨਾਲਾਂ ਤੈਨੂੰ ਐਂ ਕਿਵੇਂ ਦੇ ਦਿਆਂ? ਤੂੰ ਸਾਰ ਜਿਹੜੇ ਮੇਰੇ ਗਲ 'ਚ ਹੱਥ ਪਾਇਆ ਨਾ, ਇਹ ਤੂੰ ਦੱਸ ਮੈਨੂੰ ਕਿਉਂ ਪਾਇਆ? ਉਹ ਤੂੰ ਗਾਲ ਨਾ ਕੱਢ, ਦੇਖ ਤੇਰੀ ਭੈਣ ਮੇਰੀ ਭੈਣ, ਕੋਈ ਫਰਕ ਹੈ? ਗੱਲ ਜੀ ਨਾ ਟਾਲ, ਹੁਣ ਜਿਹੜਾ ਮੇਰੇ ਗਲ ਮੇਂ ਹੱਥ ਪਾਇਆ ਨਾ, ਇਹਦਾ ਨਤੀਜਾ ਤਾਂ ਤੈਨੂੰ ਭੁਗਤਣਾ ਪਊਗਾ। ਬਦਲਾ ਤਾਂ ਮੈਂ ਲਊਂਗਾ ਤੇਥੋਂ, ਬਦਲਾ ਤਾਂ ਮੈਂ ਲੈ ਕੇ ਰਹੂੰਗਾ। ਲਊਗਾ ਇਹ ਬਦਲਾ, ਕਮਾਲ ਹੋ ਰਹੀ ਹਲੇ, ਟਿਕਣੀ ਨਹੀਂ ਦਿੰਦਾ, ਟਿਕਣੀ ਨਹੀਂ ਦਿੰਦਾ। ਤੀਜੇ ਦਿਨ ਆ ਜੂਗਾ, ਘੜਦਾ ਮੈਂ ਬੱਟ, ਘੜਦਾ ਮੈਂ ਬੱਟ, ਬੱਟ ਵੱਢਦੇ ਹੈ ਐਂ ਕਹਿ ਰਹੇ, ਰੋਜ਼ ਵੱਟਾਂ ਕੱਢਦੇ ਹੁੰਦੇ ਨੇ। ਤੀਜੇ ਦਿਨ ਆਜੂ ਚੱਕ ਕੇ ਕਹੀ। ਪਰੇਸ਼ਾਨ ਜੇ ਲੱਗਦੇ ਹੋ? ਪਰੇਸ਼ਾਨ ਕਾਹਦਾ ਯਾਰ, ਉਧਰਲੇ ਖੇਤਾਂ 'ਚ ਫੇਰ ਬਿੰਦਰ, ਪੰਗੇ ਲੈਣੋਂ ਕਾਹਨੂੰ ਹਟਦਾ ਇਹ, ਬੱਟ ਵੱਢੀ ਜਾਵੇ। ਅੱਛਾ, ਹੋਰ ਇਹ ਖੇੜੇ ਨਹੀਂ ਛੱਡਦਾ ਹੈਗਾ, ਉਹੀ ਚਾਰ ਕਨਾਲਾਂ ਦੀ ਗੱਲ ਲੈ ਕੇ ਬਹਿ ਜਾਂਦਾ। ਅੱਗੇ ਮੈਂ ਤਾਂ ਟਿਕਦਾ ਹੀ ਨਹੀਂ ਜਿੰਨਾ ਚਿਰ ਮੇਰੇ ਦਾਦੇ ਦੀਆਂ ਜਿਹੜੀਆਂ ਚਾਰ ਕਨਾਲਾਂ ਦੱਬੀਆਂ ਤੁਸੀਂ ਉਹ ਨਹੀਂ ਮੈਨੂੰ ਮਿਲਦੀਆਂ। ਲੈ ਦੱਸ, ਇਹਦਾ ਰੋਜ਼ ਦੀ ਕੰਮ ਹੋ ਗਿਆ, ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਕਰਦਾ ਕੀ ਫਿਰਦਾ। ਕਰਨਾ ਕੀ ਤੀ, ਮੁੱਠੀਆਂ 'ਚ ਤੁੱਕੀ ਫਿਰਦਾ, ਲੜਾਈ ਮੁੱਲ ਭਾਲਦਾ, ਹੋਰ ਕੀ ਹੈ, ਹਟਦੇ ਹੀ ਨਹੀਂ, ਹਟਦੇ ਹੀ ਨਹੀਂ। ਖਾਸੀ ਬਹਿਸ ਹੋਈ ਮੇਰੇ ਨਾਲ ਤਾਂ, ਖਾਸੀ ਹੋ ਗਈ ਗਰਮ ਗਰਮੀ ਅੱਜ ਤਾਂ। ਮੈਂ ਕਿਹਾ ਤੂੰ ਨਜਾਇਜ਼ ਮੇਰੇ ਨਾਲ ਪੰਗੇ ਨਾ ਲਿਆ ਕਰ ਰੋਜ਼, ਮੈਂ ਕਿਹਾ ਮੇਰੀ ਸ਼ਰਾਫਤ ਦਾ ਨਜਾਇਜ਼ ਹੀ ਫਾਇਦਾ ਲੈਂਦਾ ਯਾਰ ਤੂੰ। ਕਹਿੰਦਾ ਹੁਣ ਨਹੀਂ ਲੜਾਈ ਟਲਦੀ, ਹੁਣ ਤਾਂ ਖੂਨ ਦੀਆਂ ਨਦੀਆਂ ਵਹਿਣਗੀਆਂ। ਫਿਰ ਗੁੱਸੇ 'ਚ ਮੈਥੋਂ ਗਲਮੇ 'ਚ ਹੱਥ ਪੈ ਗਿਆ ਉਹਦੇ। ਹੈ ਤੂੰ ਸੱਚੀ ਗਲਮੇ 'ਚ ਹੱਥ ਪਾ ਲਿਆ ਉਹਦੇ? ਹੋਰ ਹੁਣ ਮੈਂ ਕਿੰਨਾ ਕੁ ਚਿਰ ਬਰਦਾਸ਼ਤ ਕਰਦਾ ਯਾਰ, ਮੈਂ ਗਲਮੇ 'ਚ ਹੱਥ ਪਾ ਲਿਆ, ਫਿਰ ਉਹ ਕਰਨ ਲੱਗ ਗਿਆ ਗਲਮਾ ਛੱਡ ਦੇ, ਗਲਮਾ ਛੱਡ ਦੇ, ਮੈਂ ਛੱਡਤਾ। ਫਿਰ ਮੈਨੂੰ ਆਕੜੇ, ਆਖੇ ਮੈਂ ਤਾਂ ਹਟਦਾ ਨਹੀਂ ਹੈਗਾ, ਮੈਂ ਤਾਂ ਐਂ ਕਰ ਦੂੰ, ਬਾਹ ਕਰ ਦੂੰ। ਮੈਂ ਬਥੇਰਾ ਸਮਝਾਇਆ, ਮੈਂ ਕਿਹਾ ਬਿੰਦਰਾ ਜਾਣ ਦੇ, ਸਕੇ ਆਪਾਂ ਹੈਗੇ ਆ, ਕਿਉਂ ਤੁਮ ਡਰਾਮਾ ਦਿਖਾਉਂਦੇ ਲੋਕਾਂ ਨੂੰ, ਜਾਣਦੇ ਮੈਂ। ਅੱਛਾ, ਫਿਰ ਫਿਰ ਕੀ,
ਕਹਿੰਦਾ ਕਿ ਆ ਗਲਮੇ 'ਚ ਹੱਥ ਪਾਏ ਤਾਂ ਬਦਲਾ ਲੈ ਕੇ ਛੱਡੂੰਗਾ ਮੈਂ ਤਾਂ, ਨਤੀਜੇ ਭੁਗਤਣੇ ਪੈਣਗੇ ਤੈਨੂੰ, ਬਾਬਾ ਕੁਛ ਬੋਲ ਕੇ ਗਿਆ। ਹੁਣ ਮੈਂ ਇਹਨੂੰ ਚਾਰ ਕਨਾਲਾਂ ਕਿਵੇਂ ਦੇ ਦੇਣ ਜਾਇਜ਼, ਨਾਲੇ ਆਪਣੇ ਦਾਦੇ ਨੂੰ ਫੇਰ ਹੀ ਵੱਧ ਦਿੱਤੀਆਂ ਨੇ ਪੜਦਾਦੇ ਨੇ ਚਾਰ ਕਨਾਲਾਂ, ਜੇ ਆਪ 'ਚ ਹਿਸਾਬ ਕਿਤਾਬ ਹੈਗਾ ਤਾਂ ਉਹਨਾਂ ਦਾ ਕੋਈ ਆਪਣੇ ਦਾਦੇ ਦੇ ਪੈਸੇ ਵੱਧਦੇ ਤੀ, ਬਾਕੀ ਇਹਦੇ ਦਾਦੇ ਦੀ ਸਹਿਮਤੀ ਨਾਲ ਦਿੱਤੀਆਂ ਨਹੀਂ ਆ, ਕੋਈ ਝਗੜਾ ਨਹੀਂ ਤੀ ਉਹਨਾਂ ਦਾ ਤਾਂ, ਸਾਰਿਆਂ ਦੀ ਸਹਿਮਤੀ ਸੀਗੀ। ਹੁਣ ਇਹਨੂੰ ਕਿਵੇਂ ਦੇ ਦਈਏ ਭਲਾ, ਇਹ ਤਾਂ ਬੁੜੀਆਂ ਦੀਆਂ ਉਂਗਲਾਂ 'ਤੇ ਚੜਿਆ ਫਿਰਦਾ ਕਿ ਮੈਂ ਲੈ ਕੇ ਛੱਡੂੰਗਾ ਲੈ ਕੇ ਛੱਡੂੰਗਾ। ਮੈਨੂੰ ਤਾਂ ਫਿਕਰ ਲੱਗਿਆ ਪਿਆ ਹੁਣ ਕੀ ਬਣੂੰਗਾ, ਤੁਸੀਂ ਐਂ ਕਰੋ ਸਰਪੰਚ ਨੂੰ ਕਹਿ ਕੇ ਦੇਖ ਲਓ, ਇੱਕ ਵਾਰੀ ਬਹਿ ਕੇ ਗੱਲ ਕਰ ਲਓ ਇਹਦੇ ਨਾਲ। ਉਹ ਬਹਿ ਕੇ ਗੱਲ ਕਿੰਨੇ ਵਾਰੀ ਤਾਂ ਕਰ ਲਈ ਇਹਦੇ ਨਾਲ ਯਾਰ, ਹੋਰ ਕੀ ਕਰੀਏ ਭਲਾ, ਇਹ ਤਾਂ ਅਸਰ ਨਹੀਂ ਹੁੰਦਾ ਕੋਈ ਪੰਚਾਇਤਾਂ ਦੀਆਂ ਗੱਲਾਂ ਦਾ, ਕਿੰਨਾ ਕਸਰ ਹੁੰਦਾ ਇਹ 'ਤੇ, ਕਿੰਨੇ ਵਾਰੀ ਤਾਂ ਗੱਲ ਕਰ ਲਈ, ਹੁੰਦੇ ਹੀ ਨਹੀਂ ਜਦੋਂ ਕਰੀਏ ਕੀ। ਉਹੀ ਤਾਂ ਗੱਲ ਹੈ, ਕਿੰਨਾ ਹੰਕਾਰਿਆ ਫਿਰਦਾ ਇਹ। ਹੰਕਾਰਿਆ ਤਾਂ ਫਿਰਦਾ ਹੀ ਹੈ, ਸਾਲੇ ਨੇ ਮੇਰਾ ਤਾਂ ਜਿਉਣਾ ਦੁੱਭਰ ਕਰਿਆ ਪਿਆ। ਮੈਂ ਤਾਂ ਇਹਨੂੰ ਐਂ ਸੋਚਦਾ ਵੀ ਨੁਕਸਾਨ ਹੋ ਜੂ ਨੁਕਸਾਨ ਹੋ ਜੂ, ਇਹ ਪਰ ਹਟਦਾ ਨਹੀਂ, ਇਹ ਬਹੁਤ ਮਾੜਾ ਹੈ। ਨਾ ਨਾ ਵਾਲਾ ਵਾਧਾ ਨਾ ਵੱਜੇ ਕਿਤੇ। ਨਾ ਨਾ ਇਹ ਮੈਨੂੰ ਹਥਿਆਰ ਚੁਕਾ ਕੇ ਹਟੂਗਾ, ਇਹਨੂੰ ਤਾਂ ਐਂ ਆ ਨਾ ਵੀ ਇਹ ਡਰਦਾ, ਇਹਨੂੰ ਐਂ ਨਹੀਂ ਪਤਾ ਵੀ ਜਿੱਦੇ ਮੇਰਾ ਦਿਮਾਗ ਘੁੰਮ ਗਿਆ ਨਾ ਮੈਂ ਭੈੜੀ ਕਰੂੰ ਇਹਦੇ ਨਾਲ। ਮੈਂ ਵੀ ਅਜੀਤ ਸਿੰਘ ਦਾ ਪੁੱਤ ਹਾਂ, ਬਾਪੂ ਵੀ ਨਰਮਾਈ ਵੀ ਬਹੁਤ ਸੀ ਬਾਪੂ 'ਚ, ਅਤੇ ਬਾਪੂ ਗਰਮ ਵੀ ਬਹੁਤ ਸੀ, ਉਹੀ ਹਿਸਾਬ ਕਿਤਾਬ ਮੇਰਾ। ਜਦੋਂ ਮੈਂ ਨਰਮਾਈ ਵਰਤਦਾ ਤਾਂ ਪੂਰੀ ਵਰਤਦਾ, ਜਦੋਂ ਮੈਂ ਗਰਮ ਹੋ ਜਾਂ ਫਿਰ ਮੈਂ ਕਿਸੇ ਗੁਰੂ ਪੀਰ ਦਾ ਨਹੀਂ। ਉਹੀ ਤਾਂ ਗੱਲ ਹੈ, ਆਪਾਂ ਤਾਂ ਐਂ ਕਹਿੰਦੇ ਵੀ ਨੁਕਸਾਨ ਹੋ ਜੂਗਾ, ਸੱਟ ਫੇਟ ਵੱਜ ਜੂਗੀ, ਜਾਂ ਉਹਦੇ ਵੱਜ ਗਈ ਜਾਂ ਤੁਹਾਡੇ ਵੱਜ ਗਈ, ਨੁਕਸਾਨ ਹੀ ਨੁਕਸਾਨ ਹੈ। ਹੋਰ ਇਹੀ ਤਾਂ ਮੈਂ ਸੋਚ ਜਾਂਦਾ। ਚੱਲ ਕੋਈ ਗੱਲ ਨਹੀਂ, ਤੁਸੀਂ ਟੈਨਸ਼ਨ ਨਾ ਲਓ, ਹੋ ਜੂਗਾ ਸਭ ਕੁਛ ਠੀਕ। ਮੈਂ ਤਾਂ ਕਹਿੰਦੀ ਹਾਂ ਪਰਮਾਤਮਾ ਇਹਦੇ ਮਨ 'ਚ ਵਸੇ, ਫਿਰ ਕਮਲੇ ਦੀ ਮਾੜੀ ਮੋਟੀ ਅਕਲ ਆਵੇ, ਫਿਰ ਦਿਮਾਗ ਇਹਦਾ ਠਾਉਂ ਟਿਕਾਣੇ ਹੋਵੇ ਕਿਤੇ। ਚੱਲ ਮੈਂ ਪਾਣੀ ਲੈ ਕੇ ਆਉਂਦੀ ਹਾਂ। ਦੇ ਆ ਮੇਰੇ ਗੱਲ, ਮੇਰੇ ਹੱਥ ਪਾ ਲਿਆ ਮੇਰੇ ਸਾਲੇ ਨੇ, ਪਛਤਾਊਗਾ ਬਹੁਤ, ਇਹ ਛੱਡਦਾ ਨਹੀਂ ਇਹਨੂੰ, ਮੈਂ ਬਦਲਾ ਮੈਂ ਲੈ ਕੇ ਰਹੂੰਗਾ। ਮੈਨੂੰ ਵੀ ਬਿੰਦਰ ਕਹਿੰਦੇ ਨੇ ਬਿੰਦਰ। ਲੈ ਉਹਦੀ ਹਿੰਮਤ ਕਿਵੇਂ ਹੋਈ ਤੇਰੇ ਗੱਲ ਵਿੱਚ ਹੱਥ ਪਾਉਣ ਦੀ, ਤੇ ਤੂੰ ਕੁਛ ਸਰਿਆ ਨਹੀਂ ਮੌਕੇ ਤੇ ਫੜ ਕੇ ਢਾ ਲੈਂਦਾ ਨਾ ਉੱਥੇ। ਢਾ ਤਾਂ ਮੈਂ ਲੈਂਦਾ, ਪਰ ਉਸ ਤੋਂ ਬਾਅਦ ਮੇਰੇ ਮਿੰਟਾਂ 'ਚ ਕਰਨ ਲੱਗ ਗਿਆ ਬਾਈ, ਆਪਾਂ ਸੌਕੇ ਹਾਂ ਯਾਰ, ਆਪਾਂ ਕੰਮ ਨਹੀਂ ਵਧਾਉਣਾ, ਆਪਾਂ ਲੜਨਾ ਨਹੀਂ, ਐਂ ਲੱਗ ਗਿਆ ਮਿੰਟਾਂ 'ਚ ਕਰਨ। ਮੈਂ ਕਿਹਾ ਪੁੱਤ ਜਿਹੜਾ ਤੂੰ ਮੇਰੇ ਗੱਲ ਵਿੱਚ ਹੱਥ ਪਾਇਆ ਨਾ, ਇਹ ਮੈਂ ਛੱਡਦਾ ਨਹੀਂ, ਇਹਦੇ ਤੈਨੂੰ ਨਤੀਜੇ ਭੁਗਤਣੇ ਪੈਣਗੇ। ਬਸ ਅੱਜ ਆਥਣ ਤੱਕ ਇਹਨੂੰ ਵੱਢਣਾ ਹੀ ਵੱਢਣਾ, ਜੇ ਇਹਦੇ ਟੋਟੇ ਨਾ ਕਰਤੇ ਨਾ ਤਾਂ ਮੈਨੂੰ ਵੀ ਬਿੰਦਰ ਨਾ ਕਹੀਂ। ਲੈ ਮੇਰੀ ਗੱਲ ਸੁਣ, ਕਾਂਵਲੀਆਂ ਨਹੀਂ ਮਾਰਦੇ ਹੁੰਦੇ, ਤੂੰ ਤਾਂ ਉਹਦੇ ਟੋਟੇ ਕਰ ਦੇਂਗਾ, ਅੰਦਰ ਬਹਿ ਜਾਏਗਾ, ਜਾ ਕੇ ਮੇਰਾ ਕੀ ਬਣੂ। ਸਾਰਿਆਂ ਤੋਂ ਪਹਿਲਾਂ ਤਾਂ ਆਹ ਕੰਮ ਕਰ, ਤੂੰ ਤੇਰੇ ਨਾਲ ਅੱਜ ਲੜਿਆ, ਤੇਰੇ ਗੱਲ ਵਿੱਚ ਹੱਥ ਪਾਇਆ, ਜਾ ਕੇ ਥਾਣੇ ਰਾਬਟ ਦੇ ਤੂੰ। ਮੇਰੀ ਭੂਆ ਦੇ ਦਿਓਰ ਦਾ ਮੁੰਡਾ ਇੱਥੇ ਹੌਲਦਾਰ ਲੱਗਿਆ ਹੋਇਆ, ਮੈਂ ਹੁਣੀ ਫੋਨ ਕਰਦੀ ਹਾਂ ਭੂਆ ਨੂੰ, ਤੂੰ ਜਾ ਕੇ ਰਾਬਟ ਦੇ ਇਹਦੇ ਖਿਲਾਫ ਉੱਥੇ। ਗੱਲ ਤਾਂ ਤੇਰੀ ਠੀਕ ਹੈ ਪੰਮੀ, ਉਹ ਹਾਂ ਸੱਚ ਮੈਂ ਤੈਨੂੰ ਦੱਸਿਆ ਨਹੀਂ, ਜੱਸੇ ਦਾ ਪਿਓ ਨਾ ਖਾੜਕੂ ਨਾਲ ਜੇਲ੍ਹ 'ਚ ਰਹਿ ਕੇ ਆਇਆ ਹੋਇਆ, ਨਾਲੇ ਆਪਾਂ ਉਹ ਦੱਸਾਂਗੇ ਹੌਲਦਾਰ ਨੂੰ ਵੀ ਇਹ ਤਾਂ ਭਰਾਵਾ ਪੁਰਾਣੇ ਖਾੜਕੂ ਨੇ, ਮੈਨੂੰ ਕਹਿੰਦਾ ਵੀ ਇਹ ਤੈਨੂੰ ਖਾੜਕੂ ਸੱਦ ਕੇ ਕਤਲ ਕਰਾਉਣਾ। ਹਾਂ ਸੱਚ, ਫਿਰ ਤਾਂ ਕੰਮ ਜਮੀ ਸੂਤ ਆਜੂ, ਆਪਾਂ ਤਾਂ ਜਿੰਨੀਆਂ ਮਰਜ਼ੀ ਉਂਗਲਾਂ ਲਾ ਦਈਏ ਇਹਨਾਂ ਬਾਰੇ। ਹੋਰ ਲੈ ਮੈਂ ਹੁਣੀ ਕਰਦੀ ਹਾਂ ਭੂਆ ਨੂੰ ਫੋਨ, ਮੈਂ ਲਿਆਉਂਦੀ ਹਾਂ ਫੋਨ ਚੱਕ। ਮੈਨੂੰ ਤਾਈ ਦਾ ਫੋਨ ਆ ਗਿਆ ਸੀ, ਉਹ ਕਹਿੰਦੀ ਪਹਿਲਾਂ ਸਿਵਲ 'ਚ ਜਾ ਕੇ ਸਾਰੀ ਗੱਲ ਸਮਝ ਕੇ ਆ ਪੰਮੀ ਹੋਰਾਂ ਦੀ, ਤੂੰ ਫਿਕਰ ਨਾ ਕਰ ਭੈਣੇ, ਮੈਨੂੰ ਬੰਦਾ ਦੱਸ ਕਿਹੜਾ, ਮੈਂ ਤਾਂ ਡਾਂਗ ਫੇਰ ਕੇ ਧੂਸ ਕੱਢ ਦੂੰ ਉਹਦੀ। ਸਾਡੇ ਸਰੀਕੇ 'ਚੋਂ ਹੀ ਆ ਬਾਈ, ਤੂੰ ਦੱਸ ਬਾਈ ਨੂੰ ਸਾਰੀ ਗੱਲ। ਮੈਂ ਦੱਸਦਾ ਬਾਈ ਸਾਰੀ ਗੱਲ, ਇੱਥੇ ਹੈਗਾ ਜੱਸਾ, ਜੱਸਾ ਕਹਿੰਦੇ ਆ ਉਹਨੂੰ, ਉਹਦਾ ਦਾਦਾ ਅਤੇ ਮੇਰਾ ਦਾਦਾ ਆਪ 'ਚ ਸਕੇ ਭਰਾ ਸੀਗੇ, ਇਹਦੇ ਦਾਦੇ ਨੇ ਚਾਰ ਕਨਾਲਾਂ ਵੱਧ ਲੈ ਲਈਆਂ ਚਲਾਕੀ ਨਾਲ ਮੇਰੇ ਦਾਦੇ ਤੋਂ, ਉਹ ਸਾਡਾ ਮਸਲਾ ਹੁਣ ਤੱਕ ਚੱਲਦਾ ਆਉਂਦਾ, ਤੈਨੂੰ ਪਤਾ ਫਿਰ ਮੈਨੂੰ ਵੀ ਗੁੱਸਾ ਆ ਜਾਂਦਾ, ਤਾਂ ਕਰਕੇ ਸਾਡਾ ਰੌਲਾ ਰੱਪਾ ਚੱਲਦਾ ਹੀ ਰਹਿੰਦਾ ਹੈਗਾ। ਅੱਜ ਜਦੋਂ ਮੈਂ ਖੇਤ ਵੱਟ ਵੱਢੀ ਜਾਂਦਾ ਸੀ, ਇਹਨੇ ਮੇਰੇ ਗਲ ਵਿੱਚ ਹੱਥ ਪਾਲਿਆ, ਮੈਨੂੰ ਗੁੱਸਾ ਆ ਗਿਆ, ਫਿਰ ਖੇਤ ਫਿਰਦੇ ਨੂੰ ਗੁੱਸੇ ਜਾ ਕੇ ਮੈਂ ਵੱਟ ਵੱਢਣ ਲੱਗ ਗਿਆ, ਇਹ ਉੱਤੋਂ ਆ ਗਿਆ, ਇਹਨੇ ਆ ਕੇ ਮੇਰੇ ਗਲ ਵਿੱਚ ਹੱਥ ਪਾਲਿਆ। ਹਾਂ ਫਿਰ ਜੋ ਤੁਹਾਡੀ ਚਾਰ ਕਨਾਲਾਂ ਦੱਬੇ ਬੈਠੇ ਨੇ, ਫਿਰ ਜਾਇਜ਼ ਗੁੱਸਾ ਤਾਂ ਬੰਦੇ ਨੂੰ ਆ ਹੀ ਜਾਂਦਾ, ਜੱਟ ਤਾਂ ਇੰਚ ਨਹੀਂ ਛੱਡਦਾ ਹੁੰਦਾ, ਇਹ ਤੁਹਾਡੀਆਂ ਚਾਰ ਕਨਾਲਾਂ ਦੱਬੀ ਬੈਠੇ ਨੇ। ਅੱਛਾ ਮਸਲਾ ਜ਼ਮੀਨ ਦਾ ਮੇਨ। ਹਾਂ ਬਾਈ ਜ਼ਮੀਨ ਦਾ ਮਸਲਾ ਹੈ,
ਅੱਜ ਇਹਨੇ ਮੇਰੀ ਬੇਇੱਜ਼ਤੀ ਕਰੀ ਆ, ਮੈਂ ਤੋਂ ਬਦਲਾ ਲੈਣਾ ਚਾਹੁੰਦਾ, ਇਹਦੇ ਪੱਟੇ ਲਵਾਉਣਾ ਚਾਹੁੰਦਾ ਥਾਣੇ 'ਚ। ਮੈਂ ਤੈਨੂੰ ਐਂ ਕਹਿਣਾ ਜੇ 4 ਪੈਸੇ ਵੀ ਲੱਗਦੇ ਹੋਏ ਨਾ ਲਾ ਦਿਆਂਗੇ ਆਪਾਂ, ਕੋਈ ਪਰਵਾਹ ਨਹੀਂ। ਓਏ ਨਾ ਨਾ, ਆਪਣੀ ਤਾਂ ਘਰ ਦੀ ਗੱਲ ਹੈ, ਮੈਂ ਉੱਥੋਂ ਪੈਸੇ ਕਾਹਦੇ ਲੈਣੇ ਆ। ਪਰ ਹਾਂ, ਮਾੜੀ ਮੋਟੀ ਸਾਹਿਬ ਦੀ ਸੇਵਾ ਕਰਨੀ ਪਊਗੀ ਆਪਾਂ ਨੂੰ। ਕੋਈ ਗੱਲ ਨਹੀਂ, ਕਰ ਦਿਆਂਗੇ ਬਾਜੀ ਵਾ, ਉਹਦਾ ਤੂੰ ਫਿਕਰ ਹੀ ਨਾ ਕਰ। ਅੱਛਾ ਮੇਰੀ ਗੱਲ ਸੁਣ, ਇੱਕ ਤੈਨੂੰ ਮੈਂ ਗੱਲ ਹੋਰ ਦੱਸਣ ਲੱਗਿਆ, ਜਿਹੜਾ ਤਾਂ ਬਾਪੂ ਹੁੰਦਾ ਸੀ ਨਾ ਜੱਸੇ ਦਾ, ਉਹ ਖਾੜਕੋ ਨਾਲ ਜੇਲ੍ਹ 'ਚ ਰਹਿ ਕੇ ਆਇਆ ਸੀਗਾ, ਉਹਦਾ ਨਾਂ ਸੀ ਅਜੀਤ ਸਿੰਘ। ਇਹ ਮੈਨੂੰ ਧਮਕੇ ਦਿੰਦਾ ਰਹਿੰਦਾ ਕਿ ਮੈਂ ਤੈਨੂੰ ਖਾੜਕੋ ਤੋਂ ਮਰਵਾ ਦੂੰ, ਐਂ ਕਰਾ ਦੂੰ, ਵਾਹ ਕਰਾ ਦੂੰ, ਵੀ ਸਾਡੇ ਖਾੜਕੋ ਨਾਲ ਸੰਬੰਧ ਨੇ, ਸਾਡੇ ਕੋਲ ਨਜਾਇਜ਼ ਅਸਲਾ ਹੈ। ਅੱਛਾ ਕਮਾਲ ਹੋ ਗਈ, ਇਹ ਤਾਂ ਪਤੰਦਰਾ ਤਾਂ ਬਹੁਤ ਵਧੀਆ ਗੱਲ ਦੱਸਤੀ ਮੈਨੂੰ। ਅੱਛਾ ਇਹਦਾ ਬਾਪੂ ਸੱਚੀ ਜੇਲ੍ਹ 'ਚ ਖਾੜਕੋ ਨਾਲ ਰਹਿ ਕੇ ਹੈ? ਹਾਂ ਬਾਈ, 1988 ਦੀ ਗੱਲ ਹੈ, ਜਦੋਂ ਇਹ ਗਿਆ ਜੇਲ੍ਹ 'ਚ ਉਦੋਂ ਇਹ ਪੂਰਾ ਵਰਤਦਾ ਸੀ ਖਾੜਕੂ ਨਾਲ, ਆਉਂਦਾ ਜਾਂਦੇ ਰਹੇ ਨੀ ਖਾੜਕੂ ਇਹਦੇ ਕੋਲ, ਫਿਰ ਅਖੀਰ ਇਹ ਫੜਿਆ ਗਿਆ, ਫਿਰ ਜੇਲ੍ਹ 'ਚ ਰਿਹਾ ਖਾੜਕੂ ਨਾਲ ਇਹ। ਅੱਛਾ ਆਹ ਤਾਂ ਤੂੰ ਮੈਨੂੰ ਯਾਰ ਬਹੁਤ ਵਧੀਆ ਗੱਲ ਦੱਸਤੀ, ਜੇ ਤੂੰ ਮੈਨੂੰ ਪਹਿਲਾਂ ਦੱਸਦਾ ਵੀ ਤੈਨੂੰ ਖਾੜਕੂਆਂ ਦੇ ਨਾਂ 'ਤੇ ਧਮਕੀ ਦਿੰਦਾ, ਹੁਣ ਤੈਨੂੰ ਮੈਂ ਚੱਕਿਆ ਹੋਣਾ ਸੀ। ਇਹਨੇ ਤਾਂ ਬਾਈ ਬਹੁਤ ਵਾਰੀ ਧਮਕੀ ਦਿੱਤੀ ਆ ਮੈਨੂੰ, ਨਾਲੇ ਨਜਾਇਜ਼ ਅਸਲੀ ਧਮਕੀ ਦਿੱਤੀ ਆ ਕਈ ਵਾਰੀ ਤਾਂ। ਉਹ ਤਾਂ ਬਾਈ ਮੈਂ ਨਹੀਂ ਲੜਨਾ ਚਾਹੁੰਦਾ ਸੀ, ਮੈਂ ਕੰਮ ਨਹੀਂ ਵਧਾਉਣਾ ਚਾਹੁੰਦਾ ਸੀ, ਮੈਂ ਹੀ ਨਰਵਾਈ ਵਰਤਦਾ ਰਿਹਾ। ਆਪਾਂ ਬਾਈ ਇਹਦਾ ਕੋਈ ਨਾ ਕੋਈ ਹੱਲ ਕਰਨਾ, ਤਾਂ ਹੀ ਮੈਂ ਤੈਨੂੰ ਮਾਣ ਨਾਲ ਸੱਦਿਆ। ਮੇਰੇ ਉਹ ਤਾਂ ਕੁਦਰਤੀ ਗੱਲ ਯਾਦ ਆ ਗਈ, ਮੈਂ ਕਿਹਾ ਆਪਣਾ ਪ੍ਰਗਟ ਇੱਥੇ ਡਿਊਟੀ ਕਰਦਾ ਗਾ, ਉਹਦੀ ਮੈਂ ਤਾਂ ਭੂਆ ਨੂੰ ਫੋਨ ਕਰਿਆ। ਮੈਂ ਕਿਹਾ ਤੂੰ ਬੇਫਿਕਰ ਹੋ ਜਾ ਭੈਣੇ, ਮੈਨੂੰ ਤਾਈ ਦਾ ਫੋਨ ਆ ਗਿਆ ਸੀ। ਦੇਖ ਲੈ ਭੈਣੇ, ਜਦੋਂ ਮੈਨੂੰ ਤਾਈ ਦਾ ਫੋਨ ਆ ਗਿਆ ਮੈਂ ਤਾਂ ਤੇਰੇ ਕੋਲ ਉਹਦੀ ਭੱਜਿਆ ਆ, ਮੈਂ ਤਾਂ ਆਪਦਾ ਕੰਮ ਕਾਰ ਵੀ ਛੱਡਿਆ, ਅੱਜ ਮੈਨੂੰ ਕੰਮ ਬਹੁਤ ਸੀ। ਕੋਈ ਗੱਲ ਨਹੀਂ ਭੈਣੇ, ਆਪਣੇ ਘਰ ਦੀ ਗੱਲ ਹੈ, ਜੇ ਆਪਾਂ ਇੱਕ ਦੂਜੇ ਦੇ ਕੰਮ ਨਹੀਂ ਆਵਾਂਗੇ ਹੋਰ ਕੌਣ ਆਊਗਾ? ਜਦੋਂ ਚੱਕ ਲੈਣਾ ਇਹਨੂੰ, ਨਾਲੇ ਆਪੀ ਦਾ ਹਥਿਆਰ ਦੱਸੂ, ਆਪ ਹੀ ਫੜਾਊ, ਕਿਹੜੇ ਅੱਤਵਾਦੀ ਨਾਲ ਸੰਬੰਧ ਨੇ ਇਹਦੇ? ਬਸ ਜੇ ਤੂੰ ਮੇਰਾ ਕੰਮ ਕਰਦੇ ਨਾ ਬਾਈ, ਸਾਰੀ ਉਮਰ ਤੇਰਾ ਸਾਹ ਨਹੀਂ ਭੁੱਲਦਾ ਮੈਂ। ਉਹ ਕੋਈ ਗੱਲ ਨਹੀਂ ਬਾਈ ਯਾਰ, ਸਾਹ ਵਾਲੀ ਕਿਹੜੀ ਗੱਲ ਕਰਦਾ ਤੂੰ, ਮੇਰੀ ਗੱਲ ਸੁਣ, ਆਪਾਂ SHO ਦਾ ਸੇਵਾ ਪਾਣੀ ਕਰ ਦਾਂਗੇ, ਇਹਨੂੰ ਜੇਲ੍ਹ ਭੇਜਣਾ ਮੇਰੀ ਜ਼ਿੰਮੇਵਾਰੀ ਹੈ, ਇਦੋਂ ਬਾਅਦ ਆਪਾਂ 4 ਕਨਾਲਾਂ ਦਾ ਕਬਜ਼ਾ ਲੈ ਲਾਂਗੇ, ਇਹਨੂੰ ਤਾਂ ਮੈਂ ਲੰਮਾ ਵੀਜ਼ਾ ਲਵਾ ਕੇ ਭੇਜੂ ਜੇਲ੍ਹ 'ਚ। ਚੱਲ ਕੋਈ ਗੱਲ ਨਹੀਂ ਬਾਈ, SHO ਦਾ ਸੇਵਾ ਪਾਣੀ ਤਾਂ ਆਪਾਂ ਕਰ ਦਾਂਗੇ, ਪਰ ਆਪਾਂ ਕਰਨਾ ਕਿੰਨਾ ਕੁ ਪਊ? ਉਹ ਕੋਈ ਵਾਲਾ ਨਹੀਂ, ਬਸ 25,000 ਰੁਪਇਆ ਹੱਥ 'ਚ ਰੱਖ, 20,000 ਰੁਪਏ ਤਾਂ ਆਪਾਂ SHO ਦੇ ਦਾਂਗੇ, 1,000-2,000 ਮੁਨਸ਼ੀ ਨੂੰ ਦੇ ਦਾਂਗੇ। ਉਹ ਆਏ ਹੈ ਨਾ ਮੁਨਸ਼ੀ ਤੋਂ, ਫਿਰ ਆਪਾਂ ਦਰਖਾਸਤ ਵੀ ਲੈਣੀ ਆ ਉਹਦੇ ਹੱਥ 'ਚ, ਜਿਹੜਾ ਰਹਿ ਗਿਆ 2-3 ਹਜ਼ਾਰ ਰੁਪਇਆ ਉਹ ਹੋਰ ਮੁਲਾਜ਼ਮਾਂ ਨੂੰ ਵੰਡਿਆ ਜਾਊ, ਬਾਕੀ ਮੈਂ ਤਾਂ ਉੱਥੋਂ ਕੁਛ ਲੈਣਾ ਨਹੀਂ, ਆਪਣੀ ਘਰ ਦੀ ਗੱਲ ਆ ਉਹ ਤੈਨੂੰ ਪਤਾ ਹੀ ਹੈ। ਉਹ ਤਾਂ ਤੇਰੀ ਗੱਲ ਠੀਕ ਹੈ ਬਾਈ, 25,000 ਰੁਪਇਆ ਤਾਂ ਮੈਂ ਲਾ ਦੂੰ, ਪਰ ਐਂ ਦੱਸ ਮੈਨੂੰ ਇਹ ਜੇਲ੍ਹ ਤਾਂ ਪੱਕਾ ਵਗ ਜੂਗਾ ਨਾ? ਹਾਂ ਹਾਂ ਜਾਊਗਾ, ਮੈਂ ਬੈਠਾ, ਫਿਕਰ ਹੀ ਨਾ ਕਰ ਤੂੰ, ਉਹ ਤਾਂ ਤੂੰ ਮੇਰੇ ਤੇ ਛੱਡ ਦੇ, ਮੈਂ ਕਹੀ ਤਾਂ ਜਾਂਦਾ। ਬਸ ਬਾਈ ਠੀਕ ਹੈ ਫਿਰ ਤਾਂ। ਹਾਂ ਠੀਕ ਹੈ ਭੈਣੇ, ਤੁਸੀਂ ਥਾਣੇ ਆ ਜਾਓ, ਮੈਂ ਤੁਹਾਡੇ ਜਾਣ ਤੋਂ ਪਹਿਲਾਂ ਮੁਨਸ਼ੀ ਕੋਲੇ ਬਹਿ ਕੇ ਦਰਖਾਸਤ ਲਿਖ ਲੈਣਾ, ਨਾਲੇ ਮੈਂ SHO ਨਾਲ ਗੱਲ ਕਰ ਲੂੰ ਤੁਹਾਡੇ ਆਉਣ ਤੋਂ ਪਹਿਲਾਂ ਪਹਿਲਾਂ। ਠੀਕ ਹੈ ਬਾਈ, ਕੋਈ ਨਾ ਆ ਜਾਂਦੇ ਅਸੀਂ। ਚੰਗਾ ਫਿਰ ਹੈਂ। ਬਾਈ ਰੋਟੀ ਤਾਂ ਖਾ ਕੇ ਵਗ ਜਾਂਦਾ? ਨਾ ਨਾ ਭੈਣੇ, ਹੁਣੀ ਚਾਹ ਪੀਤੀ ਸੀ, ਰੋਟੀ ਤਾਂ ਬਾਅਦ 'ਚ ਖਾ ਲਾਂਗੇ, ਪਹਿਲਾਂ ਤੁਹਾਡਾ ਕੰਮ ਕਰਦੇ ਹਾਂ। ਆ ਜਾਓ ਬਾਈ ਥਾਣੇ, ਚੰਗਾ ਪਹੁੰਚੋ। ਨਾ ਠੀਕ ਹੈ ਬਾਈ, ਠੀਕ ਹੈ। ਮਾੜੀ ਮੋਟੀ ਗੱਲ ਹੈ ਖਾੜਕੂ ਨਾਲ ਸੰਬੰਧ, ਵੀ ਇਹ ਵੀ ਖਾੜਕੂ ਹੀ ਹੋਊਗਾ। ਹੋਰ ਖਾੜਕੂ ਨਾਲ ਰਹਿ ਕੇ ਆਇਆ ਸੀ ਇਹਦਾ ਪਿਓ, ਇਸ ਗੱਲ ਦਾ ਬਹੁਤ ਵੱਡਾ ਅਸਰ ਪੈਂਦਾ।
ਹਾਂ ਪੈਂਦਾ, ਪੂਰਾ ਪੈਂਦਾ। ਚੱਲ ਪ੍ਰਗਟ ਨੂੰ ਤਾਂ ਨਹੀਂ ਪਤਾ ਇਹਦੇ ਪਿਓ ਬਾਰੇ, ਜਿਹੜੇ ਪੁਰਾਣੇ ਪੁਲਿਸ ਮੁਲਾਜ਼ਮ ਨੇ ਉਹਨਾਂ ਤੋਂ ਸਾਰਿਆਂ ਨੂੰ ਪਤਾ ਵੀ ਇਹਦੇ ਪਿਓ ਨੇ ਖਾੜਕੂ ਨਾਲ ਜੇਲ੍ਹ ਕੱਟੀ ਹੈ। ਹਾਂ ਹਾਂ ਚੱਲ ਕੋਈ ਗੱਲ ਨਹੀਂ, ਹੁਣ ਪਤਾ ਲੱਗੂ ਇਹਨੂੰ। ਜਦੋਂ ਘਰੇ ਪਿਆ ਪੁਲਿਸ ਦਾ ਛਾਪਾ ਪਾਉਂਦਾ ਸੀ ਨਾ ਮਸਾਂ ਹੀ ਤੇਰੇ ਗੱਲ ਮੇਂ ਹੱਥ। ਹਾਂ ਹਾਂ ਸਹੀ ਗੱਲ ਹੈ ਤੇਰੀ। ਕਿੱਥੇ ਜੱਸਾ ਖਾੜਕੂ? ਖਾੜਕੂ ਕਿਉਂ, ਕੀ ਗੱਲ ਹੋ ਗਈ ਬਾਈ? ਤੈਨੂੰ ਨੀ ਪਤਾ ਤੇਰੇ ਘਰ ਵਾਲਾ ਖਾੜਕੂਆਂ ਰਲਿਆ ਹੋਇਆ? ਖਾੜਕੂਆਂ ਰਲਿਆ ਹੋਇਆ? ਤੁਸੀਂ ਇਹ ਕਹਿੰਦੇ ਨਹੀਂ ਗੱਲਾਂ ਕਰਦੇ ਹੋ ਬਾਈ ਜੀ, ਉਹਨ ਤਾਂ ਕਦੇ ਵਿਚਾਰੇ ਨੇ ਕੁੱਤੇ ਸੋਟੀ ਨੇ ਮਾਰੀ, ਖਾੜਕੂਆਂ ਨਾਲ ਉਹ ਕਿੱਥੇ ਰਲ ਗਿਆ? ਤੈਨੂੰ ਲੱਗ ਜੂ ਪਤਾ ਕਦੋਂ ਰਲ ਗਿਆ, ਤੇਰਾ ਸਹੁਰਾ ਵੀ ਖਾੜਕੂ ਸੀ ਤੈਨੂੰ ਪਤਾ, ਉਹਨੇ ਖਾੜਕੂਆਂ ਨਾਲ ਜੇਲ੍ਹ ਕੱਟੀ ਹੈ ਸਾਲ, ਜਦੋਂ ਪਿਓ ਖਾੜਕੂ ਸੀ ਪੁੱਤ ਕਿਵੇਂ ਨਹੀਂ ਹੋਊਗਾ? ਆਓ ਆ ਗਿਓ ਫੜ ਲੋ, ਚਲੋ ਵੱਡੇ ਖਾੜਕੂ ਠਾਣੇ। ਕੀ ਗੱਲ ਹੋ ਗਈ ਬਾਈ, ਕੋਈ ਗੱਲ ਦਾ ਪਤਾ ਤਾਂ ਲੱਗੇ? ਬਿੰਦਰ ਸਿੰਘ ਨੇ ਤੇਰੇ ਤੇ ਦਰਖਾਸਤ ਦਿੱਤੀ ਹੈ, ਤੂੰ ਧਮਕੀ ਦਿੰਦੇ ਵੀ ਤੂੰ ਖਾੜਕੂਆਂ ਤੋਂ ਮਰਵਾ ਦੇਗਾ, ਨਾਲੇ ਤੇਰੇ ਕੋਲ ਨਜਾਇਜ਼ ਅਸਲਾ ਕੱਢ ਕਿੱਥੇ ਆਇਆ? ਇਹ ਕਈਆਂ ਗੱਲਾਂ ਕਰਦੇ ਹੋ ਜੀ, ਮੇਰੇ ਕੋਲ ਨਜਾਇਜ਼ ਅਸਲਾ? ਉਹ ਮੈਨੂੰ ਪਤਾ ਹੀ ਆ, ਇੱਥੇ ਕਾਹਦਾ ਮੰਨਣੇ ਤੂੰ, ਥਾਣੇ ਜਾ ਕੇ ਮੰਨੇਗਾ, ਚੱਕੋ ਇਹਨੂੰ ਸੁੱਟੋ ਗੱਡੀ 'ਚ। ਮੇਰੀ ਗੱਲ ਤਾਂ ਸੁਣੋ ਜੀ, ਕੋਈ ਨਾ ਸੁਣਦੇ ਥਾਣੇ ਜਾ ਕੇ ਆ ਜਾ। ਗੱਲ ਤਾਂ ਸੁਣ, ਅਸੀਂ ਫੇਰ ਆ ਜਾਾਂਗੇ, ਮੈਂ ਪਰਸਰ ਪੈਚ ਲੈ ਕੇ ਜੇ ਸਾਨੂੰ ਸ਼ੱਕ ਹੈ ਤਾਂ ਕੋਈ। ਸਾਨੂੰ ਸ਼ੱਕ ਸ਼ੁੱਕ ਨਹੀਂ ਹੈਗਾ, ਸਾਨੂੰ ਯਕੀਨ ਹੈ, ਉੱਥੇ ਲਿਆਇਓ ਜਿਹਨੂੰ ਲਿਆਉਣਾ। ਜੱਸੇ ਦੇ ਬਾਪੂ ਨੇ ਖਾੜਕੂ ਨਾਲ ਜੇਲ੍ਹ ਕੱਟੀ ਹੈ, ਮੈਨੂੰ ਤਾਂ ਇਹ ਗੱਲ ਦਾ ਪਤਾ ਹੀ ਨਹੀਂ। ਲੈ ਵੀ ਜੱਸੇ ਨੂੰ ਤਾਂ ਲੈ ਗਈ ਫੜ ਕੇ ਪੁਲਿਸ, ਇਹਨੂੰ ਤਾਂ ਸਾਂਭਦੇ ਨਾ ਹੁਣ ਜੇਲ੍ਹ 'ਚ, ਮੈਂ ਤਾਂ ਕਰਾਂ ਜਾ ਕੇ ਚਾਰ ਕਨਾਲ 'ਤੇ ਕਬਜ਼ਾ, ਦੇਖਦਾ ਹੁਣ ਮੈਨੂੰ ਕਿਹੜਾ ਰੋਕਦਾ। ਲੈ ਤੈਨੂੰ ਕਿਹਨੇ ਰੋਕਣਾ, ਹੁਣ ਤਾਂ ਸਗੋਂ ਆਸੇ ਪਾਸੇ ਵਾਲੇ ਵੀ ਡਰ ਜਾਣਗੇ ਵੀ ਹਾਂ ਇਹਨਾਂ 'ਚ ਹੈਗਾ ਕਣ ਕੰਡਾ ਕੋਈ, ਨਾਲੇ ਕਿਸੇ ਦੇ ਪਿੱਛੇ ਕੌਣ ਪੰਗਾ ਲੈਂਦਾ ਹੁੰਦਾ, ਤੂੰ ਕਬਜ਼ਾ ਕਰ ਜਾ ਕੇ ਆਰਾਮ ਨਾਲ। ਹਾਂ ਹਾਂ ਜਾਣਾ ਮੈਂ, ਬਸ ਜਾਣਾ ਹੁਣੀ। ਲੈ ਆਪਾਂ ਨੂੰ ਤਾਂ ਅੱਜ ਤੱਕ ਪਤਾ ਨਹੀਂ ਸੀ ਵੀ ਤੇਰਾ ਸਹੁਰਾ ਖਾੜਕੂਆਂ 'ਚ ਰਿਹਾ, ਵੀ ਉਹਨੇ ਸਾਲ ਭਰ ਖਾੜਕੂਆਂ ਨਾਲ ਜੇਲ੍ਹ ਵੀ ਕੱਟੀ ਹੈ। ਆਪਣੇ ਤੋਂ ਤਾਂ ਇਹਨਾਂ ਨੇ ਆਹ ਗੱਲ ਲੁਕੋ ਕੇ ਰੱਖ ਲਈ, ਲੈ ਆਪਣੇ ਨਾਲ ਤਾਂ ਪੁੱਤ ਬਾਹਲਾ ਹੀ ਵੱਡਾ ਧੋਖਾ ਕਰਿਆ ਇਹਨਾਂ ਨੇ। ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਬੇਬੇ, ਐਡੀ ਵੱਡੀ ਗੱਲ ਲੁਕੋ ਕੇ ਕਿਵੇਂ ਰੱਖ ਲਈ ਇਹਨਾਂ ਨੇ ਆਪਾਂ ਤੋਂ, ਮੈਨੂੰ ਤਾਂ ਅੱਜ ਤੱਕ ਨਹੀਂ ਦੱਸਿਆ ਇਹਨਾਂ ਨੇ, ਐਡਾ ਵੱਡਾ ਪੜਦਾ ਰੱਖਿਆ ਆਪਾਂ ਤਾਂ ਇਹਨਾਂ ਨੇ। ਲੈ ਹੋਰ ਪੁੱਤ, ਦੇਖ ਪੁੱਤ ਤੇਰਾ ਬਾਪੂ ਪੁਲਿਸ 'ਚ ਹੌਲਦਾਰ ਸੀ, ਉਹਨਾਂ ਨੂੰ ਅੱਤਵਾਦੀਆਂ ਨਹੀਂ ਮਾਰਿਆ ਸੀ। ਜੇ ਮੈਨੂੰ ਪਹਿਲਾਂ ਪਤਾ ਹੁੰਦਾ ਵੀ ਅੱਤਵਾਦੀ ਪਰਿਵਾਰ ਹੈ, ਮੈਂ ਤਾਂ ਤੇਰਾ ਰਿਸ਼ਤਾ ਉਰੇ ਕਦੇ ਨਾ ਕਰਦੀ। ਆਪਣੇ ਨਾਲ ਤਾਂ ਬਾਹਲਾ ਵੱਡਾ ਧੋਖਾ ਕਰਿਆ ਇਹਨਾਂ ਨੇ। ਹੋਰ ਬੇਬੇ, ਇੰਨੇ ਸਾਲ ਹੋ ਗਏ, ਕੋਈ ਭਿਣਕੇ ਨਹੀਂ ਪੈਣ ਦਿੱਤੀ ਇਹਨਾਂ ਨੇ ਤਾਂ ਮੈਨੂੰ। ਇਹਨਾਂ ਨੇ ਤਾਂ ਪੁੱਤ ਆਪਣੇ ਨਾਲ ਬਾਹਲਾ ਮਾੜਾ ਕੰਮ ਕਰਿਆ, ਤੂੰ ਛੋਟੀ ਜੀ ਤੀ ਜਦੋਂ ਤੇਰੇ ਤੋਂ ਤੇਰਾ ਪਿਓ ਖੋਲਿਆ ਤੀ, ਇਹਨਾਂ ਅੱਤਵਾਦੀਆਂ ਨੇ ਐਡੇ ਵੱਡੇ ਜ਼ਖਮ ਪੁੱਤ ਆਪਾਂ ਕਿਵੇਂ ਭੁੱਲ ਸਕਦੇ ਹਾਂ, ਮੈਂ ਤਾਂ ਤੈਨੂੰ ਆ ਘਰ 'ਚ ਇੱਕ ਮਿੰਟ ਵੀ ਨਹੀਂ ਰਹਿਣ ਦੇਣਾ। ਸਾਨੂੰ ਕੋਈ ਗੱਲ ਵੀ ਨੀ ਦੱਸੀ ਹੈਗੀ। ਇਹੀ ਜੀ ਕੋਈ ਗੱਲ ਨੀ ਮਾਸੀ, ਖੜ ਜਾ ਤੈਨੂੰ ਮੈਂ ਦੱਸਦੀ ਹਾਂ।
ਗੱਲ ਕਿਉਂ ਨਹੀਂ ਸੀ ਇਹੀ ਜੀ? ਹੋਰ ਦੇਖ ਸੁਖਪਾਲ ਦੇ ਵੀ ਉਹਨੂੰ ਤਾਂ ਇੰਨਾ ਅੱਤਵਾਦੀਆਂ ਨੇ ਮਾਰਿਆ ਸੀ, ਸਾਨੂੰ ਤਾਂ ਪਤਾ ਹੀ ਨਹੀਂ ਸੀ ਵੀ ਤੇਰਾ ਪਿਓ ਅੱਤਵਾਦੀ ਹੈ। ਨਹੀਂ ਮਾਸੀ, ਮੇਰਾ ਪਿਓ ਅੱਤਵਾਦੀ ਨਹੀਂ ਸੀ, ਮੇਰੀ ਗੱਲ ਤਾਂ ਸੁਣ, ਉਹ ਤੇ ਤਾਂ ਉਹੀ ਇਲਜ਼ਾਮ ਲੱਗ ਗਿਆ ਸੀ। ਹੋਰ ਲੱਗ ਗਿਆ ਇਲਜ਼ਾਮ ਉਹੀ? ਪਹਿਲਾਂ ਤੂੰ ਮੈਨੂੰ ਐਂ ਦੱਸ, ਤੁਸੀਂ ਐਡੀ ਗੱਲ ਦਾ ਸਾਡੇ ਕੋਲੋਂ ਕਿਉਂ ਉਲਕੋ ਰੱਖਿਆ? ਚੱਲ ਇਹ ਗੱਲ ਦੀ ਤਾਂ ਮੰਨਦੀ ਹਾਂ ਮਾਸੀ, ਸਾਥੋਂ ਗਲਤੀ ਹੋ ਗਈ, ਛੱਡੋ ਪੁਰਾਣੀਆਂ ਗੱਲਾਂ, ਹੁਣ ਸੁਖਪਾਲ ਦੀ ਤੇ ਬਾਈ ਦੀ ਵਧੀਆ ਨਿਭੀ ਜਾਂਦੀ ਹੈ, ਮੁੰਡਾ ਹੋਸਟਲ 'ਚ ਪੜ੍ਹੀ ਜਾਂਦਾ, ਫਿਰ ਪੁਰਾਣੀਆਂ ਗੱਲਾਂ ਛੇੜਨ ਦਾ ਕੀ ਫਾਇਦਾ ਮਾਸੀ? ਪੁਰਾਣੀਆਂ ਗੱਲਾਂ ਨਹੀਂ, ਸਾਡੇ ਤਾਂ ਜ਼ਖਮ ਹਰੇ ਹੋ ਗਏ ਹੁਣ ਇਹ ਗੱਲ ਨਾਲ, ਨਹੀਂ ਸਾਨੂੰ ਕੀ ਪਤਾ ਲੱਗਣਾ ਦੀਆਂ ਗੱਲਾਂ ਦਾ, ਇਹ ਤਾਂ ਅੱਜ ਗੱਲ ਹੋਈ ਕਰਕੇ ਪਤਾ ਲੱਗ ਗਿਆ। ਚੱਲ ਸੁਖਪਾਲ, ਮੈਂ ਨਹੀਂ ਤੈਨੂੰ ਆ ਘਰ 'ਚ ਰਹਿਣ ਦਿੰਦੀ, ਆਪਾਂ ਕੋਈ ਰਿਸ਼ਤਾ ਨਹੀਂ ਰੱਖਣਾ ਇਹਨਾਂ ਨਾਲ, ਚੱਲ ਮਿਰਤੀ ਪਾ ਲੈ ਕੱਪੜੇ। ਹੁਣ ਕੀ ਸੋਚਣ ਲੱਗ ਗਈ ਸੁਖਪਾਲ ਪੁੱਤ, ਭੁੱਲ ਗਈ ਆਪਦੇ ਪਿਓ ਦੀ ਮੌਤ ਨੂੰ, ਜਦੋਂ ਗੋਲੀਆਂ ਨਾਲ ਉਹਨਾਂ ਨੇ ਛਾਲਨੀ ਵੇਝ ਕਰਤਾ ਤੀ, ਲਾਸ ਘਰੇ ਲਿਆਏ ਤੇ ਆਪਾਂ, ਕਿੰਨਾ ਪਿਆਰ ਕਰਦਾ ਤੀ ਤੇਰਾ ਬਾਪੂ ਤੈਨੂੰ, ਇਹਨਾਂ ਨੇ ਬਚਪਨ 'ਚ ਹੀ ਪਿਓ ਦਾ ਪਿਆਰ ਖੋ ਲਿਆ ਤੇਰੇ ਤੋਂ, ਤੇਰੇ ਪਿਓ ਨੂੰ ਮਾਰਿਆ ਤੀ ਪੁੱਤ, ਇਹਨਾਂ ਅੱਤਵਾਦੀਆਂ ਨੇ ਜਿਨ੍ਹਾਂ ਦੇ ਤੂੰ ਘਰੇ ਬੈਠੀ ਹੈ, ਚੱਕ ਕੱਪੜੇ ਆਪਦੇ। ਮਾਸੀ ਇਹ ਤੂੰ ਕਹੀ ਜਿਹੀਆਂ ਗੱਲਾਂ ਕਰੀ ਜਾਂਦੀ ਹੈ, ਮਾੜਾ ਮੋਟਾ ਠੰਡੇ ਦਿਮਾਗ ਤੋਂ ਕੰਮ ਲਓ ਤੁਸੀਂ, ਆਪਾਂ ਇਹਨਾਂ ਦਾ ਬਸਿਆ ਬਸਾਇਆ ਘਰ ਥੋੜਾ ਪੱਟਣਾ, ਸੁੱਖ ਨਾਲ ਐਡਾ ਜਵਾਕ ਹੋ ਰਿਹਾ, ਵਧੀਆ ਇਹਨਾਂ ਦੀ ਨਿਭੀ ਜਾਂਦੀ ਹੈ, ਕਦੇ ਅੱਜ ਤੱਕ ਜੱਸੇ ਬਾਈ ਵੱਲੋਂ ਕੋਈ ਲਾਂਭਾ ਆਇਆ, ਕਦੇ ਉੱਚੀ ਆਵਾਜ਼ 'ਚ ਗੱਲ ਕਰੀ ਹੋਵੇ ਉਹਨੇ ਭਾਬੀ ਨਾਲ, ਉਹਦਾ ਕਸੂਰ ਤਾਂ ਦੱਸੋ ਮਾਸੀ। ਉਹਦਾ ਬਸ ਆਹੀ ਕਸੂਰ ਹੈ, ਉਹ ਅੱਤਵਾਦੀ ਦਾ ਮੁੰਡਾ, ਕੋਈ ਗੱਲ ਨੀ, ਮੇਰੀ ਕੁੜੀ ਦਾ ਘਰ ਪੱਟਿਆ ਜਾਂਦਾ ਪੱਟਿਆ ਜਾਵੇ, ਮੈਂ ਆ ਘਰ 'ਚ ਇੱਕ ਬਿੰਦ ਨਹੀਂ ਰਹਿਣ ਦਿੰਦੀ ਆਪਦੀ ਕੁੜੀ ਨੂੰ, ਬਹੁਤ ਵੱਡਾ ਜ਼ਖਮ ਦਿੱਤਾ ਇਹਨਾਂ ਅੱਤਵਾਦੀਆਂ ਨੇ ਸਾਨੂੰ। ਚੱਲ ਸੁਖਪਾਲ ਆ ਗਈ। ਭਾਬੀ ਤੂੰ ਹੀ ਮਾੜਾ ਮੋਟਾ ਕੁਝ ਸੋਚ ਲੈ, ਬਾਈ ਨੂੰ ਤੂੰ ਐਡੀ ਵੱਡੀ ਮੁਸੀਬਤ ਛੱਡ ਕੇ ਜਾਨੀ ਹੈ, ਆਪਾਂ ਉਹਨੂੰ ਕਿਸੇ ਲੁੱਟ ਛਡਾਉਣ ਬਾਰੇ ਸੋਚੀਏ। ਅਸੀਂ ਨਹੀਂ ਛਡਾਉਂਦੇ ਉਹਨੂੰ, ਬੈਠੇ ਰਹਿਣ ਦੇ। ਚੱਲ ਸੁਖਪਾਲ ਆਪਾਂ ਚੱਲੀਏ। ਮੇਰੇ ਸਾਲਿਆਂ ਨੇ ਉਹੀ ਪੁਲਿਸ ਵਾਲਿਆਂ ਦੀ ਗੱਲ ਕਰਤੀ, ਮੈਂ 25,000 ਰੁਪਇਆ ਲਵਾਤਾ ਨਾਲ ਤਾਂ ਮੇਰਾ, ਹੈ ਨਾਲੇ ਉਹਨੂੰ ਛੱਡਤਾ ਪੜ੍ਹੋਈਏ ਨੂੰ, ਉਹ ਤਾਂ ਕਹਿੰਦਾ ਸੀ ਮੈਂ ਜੇਲ੍ਹ ਭੇਜੂੰਗਾ। ਕੀ ਪਤਾ ਹੁਣ ਆਪਾਂ ਨੂੰ ਕੀ ਪਤਾ ਸੀ, ਮੈਂ ਤਾਂ 3-4 ਵਾਰੀ ਭੂਆ ਤੋਂ ਵੀ ਫੋਨ ਕਰਾਤਾ, ਭੂਆ ਨੂੰ ਕਹਿੰਦਾ ਵੀ ਸਾਡੇ ਅਫਸਰਾਂ ਨੇ ਪੂਰੀ ਸਖਤਾਈ ਨਾਲ ਪੁੱਛਗਿੱਛ ਕਰੀ ਹੈ ਜੱਸੇ ਤੋਂ, ਉਹ ਤੋਂ ਕੋਈ ਅਸਲਾ ਬਰਾਮਦ ਤਾਂ ਹੋਇਆ ਨਹੀਂ, ਅੱਗੇ ਸਾਹਿਬ ਕਹਿੰਦਾ ਤਾਂ ਬੇਕਸੂਰ ਹੈ ਤਾਂ ਕਰਕੇ ਛੱਡਤਾ ਉਹਨਾਂ ਨੇ, ਕਹਿੰਦਾ ਮੈਂ ਤਾਂ ਇੱਕ ਮਾਮੂਲੀ ਹੌਲਦਾਰ ਹਾਂ, ਮੇਰੀ ਕੀ ਚੱਲਣੀ ਸੀ? ਚੱਲਣੀ ਸੀ, ਉਹ ਤਾਂ ਬੜੀਆਂ ਗੱਲਾਂ ਮਾਰਦਾ ਸੀ, ਮੈਂ ਆਹ ਕਰ ਦੂੰਗਾ ਉਹ ਕਰ ਦੂੰ, ਬਾਈ ਮੈਂ ਬੈਠਾ, ਮੇਰੇ ਸਾਲਕੜੇ ਨੇ ਪੈਸੇ ਲਵਾ ਕੇ ਰੱਖਤੇ ਮੇਰੇ ਤਾਂ, ਨਾਲੇ ਮੈਨੂੰ ਸਭ ਪਤਾ ਹੈ ਇਹਨੇ ਕਿਹੜੇ ਦਿੱਤੇ ਹੋਣਗੇ SHO ਨੂੰ ਪੈਸੇ, ਆਪ ਹੀ ਖਾ ਗਿਆ ਮੇਰਾ ਸਾਰਾ। ਸਹੀ ਗੱਲ ਹੈ ਤੇਰੀ, ਮੈਂ ਤਾਂ ਆਪੇ ਹੀ ਸੋਚਦੀ ਹਾਂ, ਇਹ ਪੁਲਿਸ ਵਾਲੇ ਕਿਸੇ ਦੇ ਸਕੇ ਨਹੀਂ ਹੁੰਦੇ, ਦੇਖ ਲੈ ਟਹਿ ਜਾਣੇ ਆਪਦੇ ਰਿਸ਼ਤੇਦਾਰਾਂ ਨੂੰ ਵੀ ਨਹੀਂ ਬਖਸ਼ਦੇ। ਨਾ ਇਹ ਨਹੀਂ ਕਿਸੇ ਨੂੰ ਬਖਸ਼ਦੇ, ਉਦੋਂ ਮੇਰਾ ਸਾਲਾ ਕਹਿੰਦਾ ਸੀ ਨਾ ਲੈਣ ਤਾਂ ਜਿਹੜੇ ਭੇਜਿਆ ਲੈ, ਦੇਖ ਲੈ ਅਗਲੇ ਦਿਨ ਛੱਡਤਾ, ਉਹਨਾਂ ਤੋਂ ਵੀ ਪੈਸੇ ਖਾ ਗਏ ਜੱਸੇ ਹੋਰਾਂ ਤੋਂ, ਕਹਿੰਦੇ ਗੁਰਦਿਆਲ ਨੇ ਦਿੱਤਾ ਥਾਣੇ 'ਚ 20,000 ਰੁਪਇਆ। ਅੱਛਾ ਫਿਰ ਤਾਂ ਦੋਨੇ ਧਿਰਾਂ ਤੋਂ ਖਾ ਕੇ ਟਹਿ ਜਾਣੇ। ਹਾਂ ਇਹਨਾਂ ਦਾ ਕੰਮ ਕੀ ਹੁੰਦਾ, ਚੱਲ ਕੋਈ ਗੱਲ ਨਹੀਂ ਮੈਂ ਤਾਂ ਕਰ ਲਿਆ ਕਬਜ਼ਾ, ਫਿਰ ਦੇਖਦੇ ਹਾਂ ਕੀ ਬਣਦਾ ਕਿਹੜਾ ਆਉਂਦਾ। 20,000 ਰੁਪਇਆ ਮੰਗਦੇ ਸੀ ਮਰ ਜਾਣੇ, ਫਿਰ ਗੁਰਦਿਆਲ ਚਾਚੇ ਤੋਂ ਫੜ ਕੇ ਦਿੱਤੇ ਘੇਰਾਂ। ਚੱਲ ਕੋਈ ਨਾ, ਉਹਨੂੰ ਤਾਂ ਮੈਂ ਮੋੜ ਦੂੰ ਚਾਚੇ ਨੂੰ ਪੈਸੇ, ਪਤਾ ਤਾਂ ਇਹਨਾਂ ਨੂੰ ਵੀ ਹੈਗਾ ਤੀ ਪੁਲਿਸ ਵਾਲਿਆਂ ਨੂੰ ਵੀ ਛੱਡਣਾ ਤਾਂ ਇਹਨੂੰ ਪਊਗਾ ਹੀ, ਹੈਂ ਉਹੀ ਪੈਸੇ ਬਣਾ ਕੇ ਸਾਲੇ, ਪੁੱਛ ਗਿੱਛ ਮੈਥੋਂ ਸਾਰੀ ਕਰ ਲਈ ਅਫਸਰਾਂ ਨੇ, ਨਜਾਇਜ਼ ਅਸਲੇ ਬਾਰੇ ਵੀ ਖੜਕੂਆਂ ਬਾਰੇ ਵੀ, ਮੈਂ ਸਿੱਧਾ ਕਹਿਤਾ ਮੈਂ ਕਿਹਾ ਜੀ ਮੇਰਾ ਰਿਕਾਰਡ ਪਤਾ ਕਰ ਲਓ ਪਿੰਡ 'ਚੋਂ, ਮੈਂ ਤਾਂ ਕਦੇ ਕੁੱਤੇ ਦੇ ਸੋਟੀ ਨਹੀਂ ਮਾਰੀ, ਮੈਂ ਕਿਹਾ ਠੀਕ ਹੈ ਵੀ ਮੇਰੇ ਬਾਪੂ ਨੇ ਖਾੜਕੂਆਂ ਨਾਲ ਜੇਲ੍ਹ ਕੱਟੀ ਸੀ, ਪਰ ਉਹ ਖਾੜਕੂਆਂ ਨਾਲ ਰਲਿਆ ਤਾਂ ਨਹੀਂ ਸੀ, ਇਹ ਤਾਂ ਪੁਲਿਸ ਵਾਲਿਆਂ ਨੇ ਐਵੇਂ ਉਦੋਂ ਨਜਾਇਜ਼ ਧੱਕਾ ਕਰਤਾ,
ਖੜਕੂ ਤਾਂ ਆਪ ਮੰਨੀ ਜਾਂਦੇ ਸੀ ਜੇਲ੍ਹ 'ਚ ਬੈਠੇ ਵੀ ਸਾਡੇ ਨਾਲ ਰਲਿਆ ਰੁਲਿਆ ਨਹੀਂ, ਸਾਡਾ ਕੋਈ ਬੰਦਾ ਨਹੀਂ ਹੈਗਾ ਇਹ, ਵੀ ਅਸੀਂ ਤਾਂ ਕਮਾਦ ਬੀਜਦੀ ਲੰਘੇ ਜਾਂਦੇ ਸੀ, ਅਸੀਂ ਇਹਨੂੰ ਕਹਿਤਾ ਵੀ ਰੋਟੀ ਖਵਾ ਦੇ ਬਾਬਾ ਸਾਨੂੰ, ਇਹਨੇ ਸਾਨੂੰ ਰੋਟੀ ਖਵਾਤੀ। ਉਹੀ ਤਾਂ ਗੱਲ ਹੈ, ਇਹ 'ਚ ਬਾਪੂ ਦਾ ਕੀ ਕਸੂਰ ਸੀ? ਜਦੋਂ ਤਿੰਨ ਜਣੇ ਰਾਫਲਾਂ ਲੈ ਕੇ ਸਿਰਹਾਣੇ ਖੜ ਗਏ ਫਿਰ ਬੰਦਾ ਕੀ ਕਰੂ, ਰੋਟੀ ਤਾਂ ਫਿਰ ਖਵਾਉਣੀ ਪਊ। ਹੋਰ ਹੋਰ ਬੰਦਾ ਕੀ ਕਰੂਗਾ ਫਿਰ, ਰੋਟੀ ਖਾ ਕੇ ਉਹ ਤਾਂ ਆਪਦੇ ਰਾਹ ਤੁਰ ਜਾਂਦੇ ਵਿਚਾਰੇ, ਇਹ ਤਾਂ ਬੇੜਾ ਬਹਿ ਜੇ ਰੁਲਦੂ ਦਾ। ਸਾਲੇ ਨੇ ਲਵੇ ਖੇਤ ਵਾਲੇ ਨੇ ਕਰਤੀ ਮੁਖਬਰੀ, ਪੁਲਿਸ ਨੂੰ ਕਰਤੀ ਇਤਲਾਹ ਕਿ ਅਜੀਤ ਕੇ ਖੇਤ ਤਾਂ ਰੋਟੀ ਖਾ ਰਹੇ ਨੇ ਖੜਕੂ। ਉਹ ਪੁਲਿਸ ਵਾਲਿਆਂ ਨੇ ਛਾਪਾ ਮਾਰ ਲਿਆ, ਉਹਦੀ ਆ ਗਏ ਉਹ ਤਾਂ ਆ ਕੇ ਉਹਨਾਂ ਨੇ ਨਾਲੇ ਖੜਕੂ ਨੂੰ ਫੜ ਲਿਆ, ਨਾਲੇ ਵਿੱਚੀ ਬਾਪੂ ਨੂੰ ਫੜ ਲਿਆ। ਬਥੇਰਾ ਪਿੱਟਿਆ ਬਾਪੂ ਤਾਂ ਵੀ ਮੇਰਾ ਕੋਈ ਕਸੂਰ ਨਹੀਂ, ਮੈਂ ਨਹੀਂ ਇਹਨਾਂ ਨਾਲ। ਉਹਨਾਂ ਨੇ ਵੀ ਕਿਹਾ ਵੀ ਇਹ ਬਾਬੇ ਨੂੰ ਛੱਡ ਦਿਓ, ਅਸੀਂ ਤਾਂ ਰੋਟੀ ਖਾਂਦੇ ਤੀ ਇਹਦੇ ਕੋਲੇ, ਹੋਰ ਕਾਹਨੂੰ ਛੱਡਦੇ ਨੇ? ਉਹੀ ਤਾਂ ਗੱਲ ਹੈ ਫਿਰ। ਹੋਰ ਤਾਂ ਹੋਰ, ਮੈਨੂੰ ਤਾਂ ਸੁਖਪਾਲ ਦੀ ਨਹੀਂ ਸਮਝ ਆਉਂਦੀ ਹੈ ਵੀ ਕਮਲੀਏ ਆਹ ਉਮਰ 'ਚ ਆਪਦਾ ਘਰ ਪੱਟਣਾ ਆਪਾਂ, ਕਮਾਲ ਹੋ ਗਈ ਵੀ ਉਹਦੇ ਕਣੀਓ ਲੈ ਵੀ ਚੱਲ ਆਪਣੀ ਇੰਨੀ ਕੁ ਗਲਤੀ ਹੈਗੀ ਤੀ, ਆਪਾਂ ਇਹਨਾਂ ਨੂੰ ਦੱਸਿਆ ਨਹੀਂ, ਜਿਹੜਾ ਕੁਛ ਹੋ ਗਿਆ ਹੋ ਗਿਆ ਵੀ, ਹੁਣ ਤੂੰ ਐਂ ਦੱਸ ਕਿਉਂ ਕਰਦੀ ਹੈਗੀ? ਹੋਰ ਬਾਈ, ਜੋ ਤੁਹਾਡੀ ਦੇਖ ਦਿਖਾਈ ਹੋਈ ਹੈ ਤੈਨੂੰ ਭਾਬੀ ਪਸੰਦ ਆ ਗਈ, ਫਿਰ ਤੂੰ ਇਹ ਗੱਲ ਸਾਰਿਆਂ ਨੂੰ ਕਹਿਤੀ ਵੀ ਇਹਨਾਂ ਨੂੰ ਇਹ ਗੱਲ ਨਾ ਦੱਸਿਓ। ਬੇਬੇ ਬਾਪੂ ਨੇ ਤਾਂ ਕਹਿਤਾ ਸੀ ਭਾਈ ਸਾਰੀ ਗੱਲ ਖੋਲ੍ਹ ਕੇ ਕਰ ਲਿਓ, ਅਗਲੇ ਕੱਲ੍ਹ ਨੂੰ ਊਚ ਨੀਚ ਨਾ ਹੋ ਜਾਏ, ਅਗਲਾ ਇਹ ਨਾ ਕਹਿੰਦੇ ਸਾਨੂੰ ਦੱਸਿਆ ਨਹੀਂ। ਉਹ ਤਾਂ ਠੀਕ ਹੈ, ਮੈਂ ਭੋਲੀ ਦੱਸਦਾ ਸੀਗਾ, ਮੇਰਾ ਵੀ ਹੈਗਾ ਇਰਾਦਾ ਤਾਂ ਦੱਸਣ ਦਾ, ਮੈਂ ਤੁਹਾਨੂੰ ਪਤਾ ਕਿਉਂ ਰੋਕਤਾ, ਮੈਨੂੰ ਉਹਦੀ ਬੇਬੇ ਦੀਆਂ ਗੱਲਾਂ ਤੋਂ ਨਾ ਹੋਰੂੰ ਜੇ ਲੱਗਿਆ ਜਿਵੇਂ ਉਹ ਖਾੜਕੋਂ ਨੂੰ ਨਫ਼ਰਤ ਜੀ ਵਾਲੀ ਕਰਦੀ ਹੁੰਦੀ ਹੈ, ਮੈਂ ਗੱਲਾਂ ਤੋਂ ਹਿਸਾਬ ਲਾ ਲਿਆ ਤੀ ਉਹਦੇ, ਮੈਂ ਐਂ ਡਰ ਗਿਆ ਜੇ ਇਹਨੂੰ ਗੱਲ ਦੱਸਤੀ ਬਾਪੂ ਵਾਲੀ, ਮੈਂ ਕਿਤੇ ਰਿਸ਼ਤੇ ਤੋਂ ਨਾ ਭੱਜ ਜਾਣ। ਉਹ ਤਾਂ ਗੱਲ ਤੇਰੀ ਠੀਕ ਹੈ ਬਾਈ, ਚੱਲ ਮੈਂ ਐਂ ਕਹਿੰਦੀ ਹਾਂ ਉਹ ਤਾਂ ਗਲਤੀ ਆਪਾਂ ਤੋਂ ਹੋ ਗਈ, ਆਪਾਂ ਮੰਨਦੇ ਹਾਂ। ਭਾਬੀ ਨੂੰ ਦੇਖ ਇਸ ਘਰ 'ਚ ਕਿੰਨੀ ਸੌਖ ਹੈ, ਕਿਸੇ ਗੱਲ ਦੀ ਆਪਾਂ ਖਿਆਈ ਆਉਣ ਦਿੱਤੀ ਹੈ, ਕਦੇ ਵੀ ਤੁਹਾਡਾ ਰਿਸ਼ਤਾ ਵਧੀਆ ਆਪਸ 'ਚ ਨਿਭੀ ਜਾਂਦਾ, ਕਦੇ ਊਚ ਨੀਚ ਹੋਈ ਹੈ, ਹੁਣ ਆਹ ਗੱਲ ਨਾਲ ਜ਼ਿਆਦਾ ਵਿਚਾਲ ਪੈ ਗਿਆ, ਮਾਸੀ ਨੂੰ ਉਹਨੂੰ ਬਾਹਲਾ ਭੜਕਾਤਾ ਨਾ। ਚੱਲ ਕੋਈ ਨਾ ਭੋਲੀ, ਮੈਂ ਜਾ ਕੇ ਆਉਣਾ ਕੱਲ੍ਹ ਨੂੰ ਉੱਥੇ, ਮਾਫ਼ੀ ਮੰਗ ਲੂੰਗਾ ਉਹ ਤੋਂ, ਹੋਰ ਕੀ ਹੈ ਵੀ ਸਾਡੀ ਗਲਤੀ ਤੀ ਭਾਈ, ਉੱਥੋਂ ਅਸੀਂ ਗੱਲ ਨਹੀਂ ਤੁਹਾਨੂੰ ਦੱਸੀ, ਨਾਲੇ ਆਪਦੀ ਸੱਸ ਤੋਂ ਮਾਫ਼ੀ ਮੰਗ ਲੂੰਗਾ, ਨਾਲੇ ਉਹਨੂੰ ਮੈਂ ਸਾਰੀ ਗੱਲ ਦੱਸ ਦੂੰਗਾ ਵੀ ਸਾਡੇ ਬਾਪੂ ਦਾ ਕੋਈ ਕਸੂਰ ਨਹੀਂ ਹੈਗਾ। ਦੇ ਆਹੋ ਤੂੰ ਸਮਝਾ ਬਾਈ ਉਹਨੂੰ ਜਾ ਕੇ, ਬਾਹਲੀ ਗਰਮ ਹੋਈ ਬੈਠੀ, ਉਹ ਤਾਂ ਬਾਹਲਾ ਕੁਛ ਬੋਲ ਕੇ ਗਈ ਹੈ ਉਰੇ, ਕਹਿੰਦੀ ਜਿਨ੍ਹਾਂ ਨੇ ਸੁਖਪਾਲ ਦੇ ਬਾਪੂ ਨੂੰ ਮਾਰਿਆ ਉਹ ਘਰ 'ਚ ਤਾਂ ਮੈਂ ਸੁਖਪਾਲ ਨੂੰ ਇੱਕ ਮਿੰਟ ਵੀ ਨਹੀਂ ਰਹਿਣ ਦਿੰਦੀ। ਲੈ ਕਮਲੀਆਂ ਗੱਲਾਂ ਕਰਦੀ ਹੈ ਪਹਿਲਾਂ, ਅਸੀਂ ਮਾਰਿਆ ਕਹਿੰਦੇ ਉਹਦਾ ਬਾਪੂ, ਉਹੀ ਤਾਂ ਗੱਲ ਹੈ ਬਾਈ, ਦੇਖ ਲੈ ਕਹੀ ਜੀਆਂ ਗੱਲਾਂ ਕਰਦੀ ਹੈ, ਦੇਖ ਲੈ। ਚੱਲ ਕੋਈ ਨਾ, ਮੈਂ ਜਾ ਕੇ ਸਮਝਾਊਂਗਾ ਉਹਨੂੰ, ਕੋਈ ਗੱਲ ਨਹੀਂ, ਫਿਰ ਮੈਂ ਦੇਖਾਂ ਪਸ਼ੂਆਂ ਦਾ, ਵਿਚਾਰੇ ਵੀ ਭੁੱਖੇ ਜੇ ਫਿਰਦੇ ਨੇ, ਦੇਖ ਲੈ ਬਾਈ। ਚੱਲ ਮੈਂ ਵੀ ਚਾਹ ਬਣਾ ਦਿੰਦੀ ਹਾਂ ਬਾਈ ਤੈਨੂੰ, ਬਣਾ ਲੈ। ਬੇਬੇ ਮੇਰੀ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰ, ਬਾਪੂ ਦਾ ਕੋਈ ਕਸੂਰ ਨਹੀਂ ਸੀ, 1988 'ਚ ਤੁਹਾਨੂੰ ਪਤਾ ਹੀ ਹੈ ਕਿਹੋ ਜਿਹਾ ਮਾਹੌਲ ਸੀਗਾ, ਬਾਪੂ ਦਾ ਕੰਮ ਕਰੀ ਜਾਂਦਾ ਸੀ ਖੇਤਾਂ 'ਚ, ਕਮਾਲ 'ਚੋਂ ਨਿਕਲ ਕੇ ਤਿੰਨ ਖਾੜਕੂ ਆ ਗਏ, ਖੜ ਗਏ ਸਿਰਹਾਣੇ, ਕਹਿੰਦੇ ਬਾਬਾ ਰੋਟੀ ਖਵਾ, ਹੁਣ ਡਰ ਜਾਂਦਾ ਬੰਦਾ ਦੇਖ ਕੇ ਹਥਿਆਰ ਵਾਲਿਆਂ ਨੂੰ। ਬਾਪੂ ਘਰ ਆ ਗਿਆ, ਰੋਟੀ ਲੈ ਗਿਆ ਖੇਤ, ਉਹ ਖਾਣ ਲੱਗ ਗਏ, ਇੰਨੇ 'ਚ ਰੁਲਦੂ ਹੈ ਸਾਡੇ ਖੇਤ ਦਾ ਗਵਾਂਢੀ, ਉਹਨੇ ਮੁਖਬਰੀ ਕਰਤੀ, ਪੁਲਿਸ 'ਤੇ ਛਾਪਾ ਮਰਵਾਤਾ, ਪੁਲਿਸ ਵਾਲਿਆਂ ਨੇ ਆ ਕੇ ਖਾੜਕੂ ਚੱਕ ਲਏ, ਨਾਲ ਹੀ ਬਾਪੂ ਨੂੰ ਜੇਲ੍ਹ 'ਚ ਸਿੱਟਤਾ। ਖਾੜਕੂ ਨੇ ਬਥੇਰਾ ਕਿਹਾ ਵੀ ਇਹ ਬਾਬੇ ਦਾ ਕੋਈ ਕਸੂਰ ਨਹੀਂ, ਸਾਡੇ ਨਾਲ ਸੰਬੰਧ ਨਹੀਂ ਹੈਗਾ ਕੋਈ, ਬਥੇਰਾ ਪਿੱਟੇ, ਬਹੁਤ ਸਫਾਈਆਂ ਦਿੱਤੀਆਂ, ਪਰ ਨਾ ਮੰਨੇ ਨਹੀਂ ਉਹ, ਤੁਹਾਨੂੰ ਪਤਾ ਹੀ ਹੈ ਉਦੋਂ ਫਿਰ ਟਾਈਮ ਕਿਹਾ ਜਾ ਸੀ, ਪੁਲਿਸ ਧੱਕਾ ਕਰ ਜਾਂਦੀ ਸੀ। ਹੋਰ ਐਵੇਂ ਕਰ ਜਾਂਦੀ ਸੀ ਪੁਲਿਸ ਧੱਕਾ, ਐਵੇਂ ਨਹੀਂ ਤੇਰਾ ਬਾਪੂ ਜੇਲ੍ਹ 'ਚ ਭੇਜਿਆ, ਤੇਰੇ ਬਾਪੂ ਦਾ ਕੋਈ ਉਹਨਾਂ ਨਾਲ ਸੰਬੰਧ ਹੈਗਾ ਸੀ ਤਾਂ ਹੀ ਜੇਲ੍ਹ 'ਚ ਭੇਜਿਆ ਉਹਨਾਂ ਨੇ। ਕੋਈ ਸੰਬੰਧ ਨਹੀਂ ਹੈਗਾ ਤੀ ਬੇਬੇ, ਤੈਨੂੰ ਪਤਾ ਹੈ ਉਦੋਂ ਆਮ ਗੱਲ ਹੀ ਤੀ, ਲੋਕਾਂ ਦੇ ਘਰਾਂ 'ਚ ਖਾੜਕੂ ਆ ਜਾਂਦੇ ਤੀ ਰੋਟੀ ਖਾਣ, ਆਮ ਹੀ ਚੱਲਦਾ ਤੀ, ਇਹ ਤਾਂ ਉਹਨਾਂ ਨਾਲ ਤਾਂ ਸੰਬੰਧ ਹੀ ਨਹੀਂ ਤੀ ਬਾਪੂ ਦਾ ਕੋਈ, ਬਾਪੂ ਤਾਂ ਉਹਨਾਂ ਨੂੰ ਜਾਣਦਾ ਵੀ ਨਹੀਂ ਸੀਗਾ, ਮੇਰੀ ਗੱਲ ਦਾ ਵਿਸ਼ਵਾਸ ਕਰੋ ਬੇਬੇ। ਚੱਲ ਤੂੰ ਐਂ ਦੱਸ ਪਹਿਲਾਂ ਮੈਨੂੰ, ਗੱਲ ਹੈਗੀ ਸੀ ਭਾਵੇਂ ਨਾ ਹੈਗੀ ਸੀ, ਫਿਰ ਤੁਸੀਂ ਸਾਥੋਂ ਲੁਕੋ ਕਿਉਂ ਰੱਖਿਆ ਸਾਨੂੰ ਪਹਿਲਾਂ, ਕਿਉਂ ਨਾ ਗੱਲ ਦੱਸੀ? ਬੇਬੇ ਇਹ ਗੱਲ ਦੀ ਮੈਂ ਗਲਤੀ ਮੰਨਦਾ ਵੀ ਸਾਥੋਂ ਗਲਤੀ ਹੋਈ, ਅਸੀਂ ਤੁਹਾਨੂੰ ਦੱਸਿਆ ਨਹੀਂ, ਮੈਂ ਅਸਲ ਵਿੱਚ ਮੈਂ ਡਰ ਗਿਆ ਸੀ ਨਾ, ਮੈਂ ਆਖਿਆ ਤੁਸੀਂ ਰਿਸ਼ਤੇ 'ਚੋਂ ਕਿਤੇ ਜਵਾਬ ਨਾ ਦੇ ਦਿਓ। ਆਹੋ ਡਰਨਾ ਤਾਂ
ਹੋਏਗੀ ਸੀ। ਖਾੜਕੂ ਦੇ ਪੁੱਤ ਨਾਲ ਕਿਹਨੇ ਵਿਆਹ ਕਰਾਉਣਾ ਸੀ? ਤੁਸੀਂ ਅੱਤਵਾਦੀਆਂ ਨੇ ਮੇਰੇ ਘਰ ਵਾਲੇ ਦਾ ਕਤਲ ਕਰਿਆ ਸੀ, ਮੈਂ ਕਦੇ ਨਹੀਂ ਭੁੱਲਦੀ। ਇਹ ਪੱਟ ਕਦੇ ਨਹੀਂ ਭਰ ਸਕਦਾ। ਭੁੱਲ ਜਾ ਹੁਣ ਤੂੰ ਸੁਖਪਾਲ ਨੂੰ, ਇਹ ਨਹੀਂ ਤੇਰੇ ਘਰੇ ਜਾ ਸਕਦੀ। ਸਾਨੂੰ ਤਾਂ ਤਲਾਕ ਚਾਹੀਦਾ ਬਸ। ਕਮਾਲ ਹੋ ਗਈ ਬੇਬੇ, ਕਈਆਂ ਗੱਲਾਂ ਕਰੀ ਜਾਂਦੀਆਂ ਤੂੰ, ਸਾਡੀ ਉਮਰ ਕੋਈ ਤਲਾਕ ਲੈਣ ਵਾਲੀ ਆ ਹੁਣ। ਸੁਖਪਾਲ ਤੂੰ ਸਮਝਾ ਬੇਬੇ ਨੂੰ ਮਾੜਾ ਮੋਟਾ। ਮੈਂ ਕੀ ਸਮਝਾਵਾਂ, ਮੈਂ ਕੁਛ ਨਹੀਂ ਸਮਝਾ ਸਕਦੀ ਬੇਬੇ ਨੂੰ, ਨਾ ਤੁਸੀਂ ਇੰਨੇ ਸਾਲ ਮੈਨੂੰ ਤੋਂ ਖਿੱਚ ਰੱਖਿਆ। ਮੈਂ ਨਿੱਕੀ ਜੀ ਹੁੰਦੀ ਤੀ ਉਦੋਂ ਜਦੋਂ ਇਹਨਾਂ ਅੱਤਵਾਦੀਆਂ ਨੇ ਮੇਰੇ ਸਿਰ ਤੋਂ ਮੇਰੇ ਪਿਓ ਦਾ ਸਾਇਆ ਖੋਲਿਆ ਸੀਗਾ, ਤੁਸੀਂ ਵੀ ਉਹਨਾਂ ਨਾਲ ਰਲੇ ਹੋਏ ਤੇ। ਜਿਹੜੇ ਅੱਤਵਾਦੀਆਂ ਨੇ ਮੇਰੇ ਪਿਓ ਨੂੰ ਮਾਰਿਆ ਸੀ, ਮੈਂ ਉਹਨਾਂ ਦੇ ਘਰ ਨਹੀਂ ਵੱਸ ਸਕਦੀ, ਮੈਨੂੰ ਇਕੱਲੇ ਨੂੰ ਰਹਿਣਾ ਮਨਜ਼ੂਰ। ਸੁਪਾਲ ਕਮਲੀਆਂ ਨਹੀਂ ਮਾਰਦੇ ਹੁੰਦੇ, ਸਾਡਾ ਕਿਸੇ ਨਾਲ ਸੰਬੰਧ ਨਹੀਂ ਹੈਗਾ, ਨਾ ਕਿਸੇ ਖਾੜਕੂ ਨਾਲ ਨਾ ਅੱਤਵਾਦੀ ਨਾਲ, ਸਾਡਾ ਤਾਂ ਕਿਸੇ ਨਾਲ ਸੰਬੰਧ ਨਹੀਂ ਸੀ। ਅਸੀਂ ਤਾਂ ਆਮ ਜੱਟ ਜ਼ਿਮੀਦਾਰ ਬੰਦੇ ਹਾਂ, ਬਸ ਰੋਟੀ ਖਵਾਉਣ ਦੀ ਸਜ਼ਾ ਭੁਗਤ ਕੇ ਆਇਆ ਬਾਪੂ। ਨਾਲੇ ਐਂ ਦੱਸ, ਜਦੋਂ ਤਿੰਨ ਬੰਦੇ ਰਫਲਾਂ ਲੈ ਕੇ ਸਿਰਾਣੇ ਖੜ ਜਾਣਗੇ, ਕਿਹੜਾ ਨਹੀਂ ਰੋਟੀ ਖਵਾਊ ਉਹਨਾਂ ਨੂੰ? ਆਪਦੇ ਜਵਾਕ ਬਾਰੇ ਸੋਚ ਸੁਖਪਾਲ। ਬਸ ਮੈਂ ਸੋਚ ਲਿਆ, ਮੇਰਾ ਜਵਾਕ ਮੇਰੇ ਨਾਲ ਰਹੂਗਾ। ਐਂ ਨਾ ਕਰ ਸੁਖਪਾਲ, ਐਂ ਨਾ ਕਰ ਕਮਲੀਆਂ ਗੱਲਾਂ ਨਾ ਕਰ, ਮਾੜਾ ਮੋਟਾ ਦਿਮਾਗ ਤੋਂ ਕੰਮ ਲੈ। ਐਂ ਨਹੀਂ ਕਰਦੇ ਹੁੰਦੇ, ਸਾਡੀ ਗਲਤੀ ਹੈ। ਜਦੋਂ ਮੈਂ ਤਾਂ ਮੰਨੀ ਆ ਨਾ ਗਲਤੀ, ਵੀ ਤੈਨੂੰ ਪਹਿਲਾਂ ਮੈਂ ਨਹੀਂ ਦੱਸਿਆ, ਗਲਤੀ ਮੰਨੀ ਆ ਨਾ, ਮੈਂ ਤਾਂ ਹੱਥ ਮੰਨ ਕੇ, ਮੈਂ ਤਾਂ ਤੈਨੂੰ ਲੈਣ ਆਇਆ ਸੁਖਪਾਲ, ਤੂੰ ਚੱਲ ਮੇਰੇ ਨਾਲ। ਚੱਲ ਚੱਲ ਤੂੰ ਚੱਲ ਇੱਥੋਂ, ਇਹ ਨਹੀਂ ਤੇਰੇ ਨਾਲ ਜਾਂਦੀ ਹੈਗੀ, ਮੈਂ ਤੈਨੂੰ ਇਹ ਘਰ 'ਚ ਬਰਦਾਸ਼ਤ ਨਹੀਂ ਕਰ ਸਕਦੀ। ਜੱਸੇ ਤੂੰ ਬਗੀ ਜਾ ਇੱਥੋਂ। ਬੇਬੇ ਮੇਰੀ ਗੱਲ ਤਾਂ ਸੁਣ। ਨਾ ਨਾ ਮੈਂ ਤੇਰੀ ਗੱਲ ਕੋਈ ਨਹੀਂ ਸੁਣ ਸਕਦੀ, ਤੈਨੂੰ ਕਹਿੰਦਾ ਵਗ ਜਾ ਹੁਣ ਉਰੋਂ। ਬਸ ਪੁੱਤ ਬਸ, ਕਿਉਂ ਰੋਣੀ ਆ ਉਹਦੇ ਪਿੱਛੇ? ਤੂੰ ਆਪਣੇ ਪਿਓ ਦੀ ਲਾਸ਼ ਨੂੰ ਨਹੀਂ ਭੁੱਲ ਸਕਦੀ, ਕਦੇ ਵੀ ਨਹੀਂ ਭੁੱਲ ਸਕਦੀ ਬੇਬੇ ਮੈਂ, ਕਦੇ ਵੀ ਨਹੀਂ ਭੁੱਲ ਸਕਦੀ। ਐਡਾ ਬੜਾ ਧੋਖਾ ਕਰਿਆ ਇਹਨਾਂ ਨੇ ਆਪਣੇ ਨਾਲ। ਉਹ ਨਹੀਂ ਆਉਂਦੀ ਭੋਲੀ ਹੁਣ, ਮੈਂ ਤਾਂ ਬਹੁਤ ਸਮਝਾਉਣ ਦੀ ਕੋਸ਼ਿਸ਼ ਕਰੀ ਉਹਨੂੰ। ਮੈਨੂੰ ਤਾਂ ਬਾਈ ਪਹਿਲਾਂ ਹੀ ਪਤਾ ਸੀ ਵੀ ਉਹਨੇ ਕਾਹਦਾ ਮੰਨਣਾ, ਤੇਰੀ ਸੱਸ ਨੇ ਕੰਮ ਬਾਹਲਾ ਵਧਾਤਾ ਨਾ, ਮੈਂ ਤਾਂ ਕਦੇ ਸੋਚਿਆ ਵੀ ਨਹੀਂ ਸੀ ਇੰਨਾ ਮਾੜਾ ਸਮਾਂ ਆਜੂਗਾ। ਆਹ ਟਾਈਮ ਵੀ ਕਦੇ ਦੇਖਣਾ ਸੀ ਬਾਈ, ਉੱਧਰੋਂ ਤਾਂ ਚਾਰ ਕਨਾਲਾਂ ਬਾਈ ਬਿੰਦਰ ਨੇ ਦੱਬ ਲੀਆਂ, ਉੱਧਰੋਂ ਆਹ ਦੇਖ ਲੈ ਸੁਖਪਾਲ ਰੁੱਸ ਕੇ ਬਹਿ ਗਈ। ਚੱਲ ਕੋਈ ਨਾ ਭੋਲੀ, ਜੇ ਉਹਨੇ ਸੋਚ ਹੀ ਲਿਆ ਸੁਖਪਾਲ ਨੇ ਅੱਡ ਹੋਣ ਦਾ, ਦੇਖੀ ਜਾਊ ਫਿਰ, ਕੋਈ ਗੱਲ ਨਹੀਂ। ਜੇ ਉਹ ਮੇਰੇ ਬਿਨਾਂ ਰਹਿ ਸਕਦੀ ਹੈ, ਮੈਂ ਰਹਿ ਜੂੰਗਾ। ਆਪਾਂ ਚਾਰ ਬੰਦੇ ਇਕੱਠੇ ਕਰਕੇ ਬਿੰਦਰ ਤੋਂ ਜ਼ਮੀਨ ਤਾਂ ਛਡਾਈਏ ਬਾਈ। ਅੱਗ ਲੱਗੇ ਜ਼ਮੀਨ ਭੋਲੀ, ਮੈਨੂੰ ਨਹੀਂ ਚਾਹੀਦੀ ਜ਼ਮੀਨ, ਦੱਬ ਲੈਣ ਦੇ ਜਿਹੜੀ ਦੱਬਦਾ, ਜਿੰਨਾ ਵਾਸਤੇ ਕਮਾਉਂਦਾ ਸੀ ਜਦੋਂ ਉਹੀ ਨਹੀਂ ਰਹੇ, ਮੈਂ ਕੀ ਕਰਨੀ ਹੈ ਜ਼ਮੀਨ? ਮੈਂ ਤਾਂ ਕਹਿੰਦਾ ਤੂੰ ਵੀ ਮੇਰਾ ਫਿਕਰ ਛੱਡ ਦੇ ਭੋਲੀ, ਵਗ ਜਾ ਤੂੰ ਆਪਦੇ ਘਰੇ, ਤੇਰੇ ਸਹੁਰੇ ਕਹਿੰਦੇ ਹੋਣਗੇ ਉੱਥੇ ਜਾ ਕੇ ਬਹਿ ਗਈ। ਨਾ ਨਾ ਉਹਨਾਂ ਨੇ ਤਾਂ ਕੀ ਕਹਿਣਾ ਬਾਈ, ਬਾਕੀ ਇਹਨਾਂ ਦਾ ਫੋਨ ਆ ਗਿਆ ਸੀ ਮੈਨੂੰ ਸੁਪੇਨ ਤੋਂ, ਮੈਂ ਇਹਨਾਂ ਨੂੰ ਸਾਰੀ ਗੱਲ ਦੱਸਤੀ ਵੀ ਸਾਡੇ ਘਰੇ ਆਹ ਗੱਲ ਬਣ ਗਈ, ਮੈਨੂੰ ਲੱਗਣਗੇ 4 ਦਿਨ। ਉਹ ਕਹਿੰਦੇ ਕੋਈ ਗੱਲ ਨਹੀਂ ਤੂੰ ਰਹਿ। ਨਾ ਨਾ ਭੋਲੀ, ਤੂੰ ਸ਼ਾਮ ਜਾ ਕੇ ਆਪਦਾ ਘਰ, ਕਾਹਨੂੰ ਰਹਿ, ਤੂੰ ਮੇਰਾ ਨਾ ਫਿਕਰ ਕਰ, ਕੋਈ ਨਾ ਵਗ ਜਾ ਤੂੰ, ਮੈਂ ਸਾਂਭ ਲੂੰ, ਕੋਈ ਨਾ। ਚੱਲ ਕੋਈ ਗੱਲ ਨਹੀਂ ਬਾਈ, ਮੈਂ ਫੇਰ ਮਾਰੂੰਗੀ ਗੇੜਾ। ਚੰਗਾ ਚੰਗਾ। ਕੀ ਹਾਲਤ ਹੋ ਰਹੀ ਹੈ ਘਰ ਦੀ? ਜੱਸੇ ਬਾਈ, ਜੱਸੇ ਲੈ ਘਰੇ ਵੀ ਨਹੀਂ ਦਿੰਦਾ, ਬਾਹਰ ਵੀ ਖੁੱਲ੍ਹਾ ਪਿਆ।
ਉਹ ਵੀ ਬਾਹਰ ਖੁੱਲ੍ਹਾ ਪਿਆ ਉੱਧਰ ਵੇਖਦੀ ਹੈ। ਬਾਈ ਤਾਂ ਡਿੱਗਿਆ ਪਿਆ। ਬਾਈ 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 ਤੈਨੂੰ ਕੀ ਹੋ ਗਿਆ? ਕਿੰਨੀ ਮੁਸਕ ਮਾਰੀ ਜਾਂਦੀ ਹੈ ਦਾਰੂ ਦੀ, ਖੜਾ ਹੋ, ਕੀ ਹੋ ਗਿਆ ਤੈਨੂੰ? ਕੁਛ ਨੀ, ਕੌਣ ਹੈ ਤੂੰ? ਬੋਲੀ ਆ ਮੈਂ। ਕਿਵੇਂ ਬੋਲੀ? ਠੀਕ ਆ। ਆ ਕੀ ਹਾਲਤ ਬਣਾ ਰੱਖੀ ਆਪਦੀ? ਸੌ ਜਾਣ ਦੇ। ਲੈ ਲੈ ਖੜਾ ਹੋ, ਆ ਜਾ ਉੱਥੇ ਬੈਠੋ ਉਧਰ। ਦੇਖ ਕੀ ਹਾਲਤ ਬਣਾ ਰੱਖੀ ਆਪਦੀ, ਇੱਥੇ ਬਹਿ ਜਾ ਬੈਠਣ ਦੇ। ਬੂ, ਸਾਡੇ ਘਰ ਦੀ ਤਾਂ ਬਰਬਾਦੀ ਆ ਗਈ, ਕੀ ਬਣੂਗਾ ਸਾਡੇ ਘਰ ਦਾ? ਰੱਬਾ, ਟਾਈਮ ਵੀ ਦੇਖਣਾ ਸੀ, ਪਤਾ ਨਹੀਂ ਕਿਹਦੀ ਨਜ਼ਰ ਲੱਗ ਗਈ ਸਾਡੇ ਘਰ ਨੂੰ। ਬਾਈ ਬੋਲਦਾ ਨੀ। ਜੱਸੇ ਖੜਾ ਹੋ ਜਾ, ਬੇਸੁਰਤ ਹੋਇਆ ਪਿਆ ਤੂੰ ਤਾਂ ਜਮੀ, ਮਾੜੀ ਮੋਟੀ ਗੱਲ ਵੀ ਸੁਣ ਲੈ। ਏ ਰੱਬਾ, ਕੀ ਬਣੂਗਾ ਸਾਡਾ? ਲੈ ਆ ਲੱਸੀ ਪੀ ਲੈ, ਤੇਰਾ ਸਿਰ ਦੁਖਣੋ ਹਟ ਜੂਗਾ। ਤੂੰ ਤਾਂ ਆਪਦੀ ਬਾਹਲੀ ਬੁਰੀ ਹਾਲਤ ਕਰ ਲਈ ਬਾਈ, ਮੈਨੂੰ ਤਾਂ ਤੇਰੀ ਸਮਝ ਨਹੀਂ ਆਉਂਦੀ। ਤੂੰ ਤਾਂ ਕਦੇ ਸ਼ਰਾਬ ਦੇ ਨੇੜੇ ਵੀ ਨਹੀਂ ਜਾਂਦਾ ਸੀ, ਆ ਇੰਨੀ ਸ਼ਰਾਬ ਕਿਉਂ ਪੀਣ ਲੱਗ ਗਿਆ ਤੂੰ? ਕੋਈ ਨਾ ਭੋਲੀ, ਹੁਣ ਸ਼ਰਾਬ ਤੋਂ ਬਿਨਾਂ ਰਹਿ ਵੀ ਕੀ ਗਿਆ ਜ਼ਿੰਦਗੀ 'ਚ? ਕੋਈ ਗੱਲ ਨਹੀਂ, ਤੂੰ ਨਾ ਮੇਰਾ ਫਿਕਰ ਕਰ। ਲੈ ਕਮਾਲ ਕਰਦਾ ਬਾਈ, ਤੂੰ ਮੇਰਾ ਭਾਈ ਹੈ, ਮੈਂ ਤੇਰਾ ਫਿਕਰ ਨਾ ਕਰਾਂ, ਨਾਲੇ ਤੇਰੇ ਤੋਂ ਬਗੈਰ ਮੇਰਾ ਪੇਕਿਆਂ 'ਚ ਹੋਰ ਰਹਿ ਵੀ ਕੌਣ ਗਿਆ? ਤੇਰੇ 'ਚੋਂ ਮੈਨੂੰ ਬੇਬੇ ਬਾਪੂ ਦਿਸਦੇ ਨੇ ਹੁਣ ਤਾਂ, ਜੇ ਤੈਨੂੰ ਕੁਛ ਹੋ ਗਿਆ ਮੈਂ ਕਿਹਦੇ ਕੋਲ ਆਇਆ ਜਾਇਆ ਕਰੂੰਗੀ? ਤੂੰ ਆਪਦਾ ਧਿਆਨ ਰੱਖਿਆ ਕਰ ਬਾਈ, ਇੰਨਾ ਬੁਰਾ ਹਾਲ ਨਾ ਕਰ ਆਪਦਾ, ਐਂ ਪੀ ਪੀ ਤੇਰਾ ਕਿਵੇਂ ਟਾਈਮ ਪਾਸ ਹੋਊਗਾ? ਮੈਂ ਤਾਂ ਆਪਦਾ ਧਿਆਨ ਰੱਖਦਾ ਤੀ ਭੋਲੀ, ਮੈਂ ਤਾਂ ਸਾਰਿਆਂ ਦਾ ਧਿਆਨ ਰੱਖਦਾ ਤੀ, ਬਸ ਮੈਨੂੰ ਮਾਰ ਕੇ ਸਿੱਟਤਾ ਉਹਨਾਂ ਨੇ। ਤੂੰ ਉਰੇ ਕੀ ਲੈਣ ਆਈ ਭੋਲੀ? ਮੈਂ ਉਰੇ ਕੁਛ ਲੈਣ ਨਹੀਂ ਆਈ, ਮੈਂ ਤੈਨੂੰ ਕੁਛ ਕਹਿਣ ਆਈ ਆ ਭਾਬੀ। ਹਾਂ ਕੀ ਕਹਿਣ ਆਈ ਹੈ ਤੂੰ? ਪਹਿਲੀ ਗੱਲ ਤਾਂ ਮੈਂ ਤੈਨੂੰ ਐਂ ਕਹਿਣ ਆਈ ਆ ਕਿ ਸਾਡਾ ਬਾਪੂ ਇੱਕ ਸਧਾਰਨ ਕਿਸਾਨ ਸੀ, ਨਾ ਕਿ ਖਾੜਕੂ। ਤੂੰ ਲੋਕਾਂ ਪਿੱਛੇ ਲੱਗ ਕੇ ਮਨੋ ਬਣਾ ਕੇ ਬਹਿ ਗਈ ਵੀ ਸਾਡਾ ਬਾਪੂ ਖਾੜਕੂ ਸੀ। ਤੂੰ ਸਾਡੇ ਪਿੰਡ ਵਾਲੇ ਲੋਕਾਂ ਤੋਂ ਪੁੱਛਿਆ ਜਾ ਕੇ, ਸਾਰੇ ਪਿੰਡ ਨੂੰ ਪਤਾ ਹੈ ਵੀ ਸਾਡੇ ਬਾਪੂ ਨਾਲ ਕੀ ਹੋਈ ਸੀ। ਸਿਰਫ ਖਾੜਕੂਆਂ ਦੇ ਡਰ ਕਰਕੇ ਉਹਨਾਂ ਨੂੰ ਰੋਟੀ ਖਵਾਉਣ ਦਾ ਖਮਿਆਜਾ ਭੁਗਤਿਆ ਸਾਡੇ ਬਾਪੂ ਨੇ। ਆ ਥੋੜੇ ਜਿਹੇ ਮਹੀਨੇ ਪਹਿਲਾਂ ਚਿੱਟਾ ਪੀਣ ਵਾਲੇ ਦੋ ਨਸ਼ੇੜੀਆਂ ਨੇ ਆ ਮਾਸੀ ਦੇ ਗਲ ਤੇ ਚਾਕੂ ਰੱਖ ਕੇ ਵਾਲੀਆਂ ਲਹਾ ਲਈਆਂ। ਫਿਰ ਮਾਸੀ ਨੇ ਆਰਾਮ ਨਾਲ ਕਿਵੇਂ ਲਾ ਕੇ ਦੇਤੀਆਂ ਆਪਦੀਆਂ ਵਾਲੀਆਂ? ਕਿਉਂਕਿ ਇਹਨੂੰ ਚਾਕੂ ਦਾ ਡਰ ਸੀ। ਫਿਰ ਮੇਰੇ ਬਾਪੂ ਮੂਹਰੇ ਤਾਂ ਤਿੰਨ ਜਣੇ ਖੜੇ ਸੀ ਰਫਲਾਂ ਵਾਲੇ। ਨਾਲੇ ਦੂਜੀ ਗੱਲ, ਸੋਨੂੰ ਅਸੀਂ ਤਾਂ ਨਹੀਂ ਦੱਸਣਾ ਚਾਹੁੰਦੇ ਸੀ ਕਿਉਂਕਿ ਭਾਬੀ ਤੂੰ ਮੇਰੇ ਬਾਈ ਨੂੰ ਬਾਹਲੀ ਪਸੰਦ ਆ ਗਈ ਸੀ, ਤਾਂ ਕਰਕੇ ਬਾਈ ਤੈਨੂੰ ਕਿਸੇ ਵੀ ਹਾਲਤ 'ਚ ਗਵਾਉਣਾ ਨਹੀਂ ਚਾਹੁੰਦਾ ਸੀ। ਬਾਈ ਨੇ ਮੇਰੇ ਬੇਬੇ ਬਾਪੂ ਨੂੰ ਕਹਿਤਾ ਸੀ ਵੀ ਜੇ ਮੇਰਾ ਇਹ ਕੁੜੀ ਨਾਲ ਵਿਆਹ ਨਾ ਹੋਇਆ ਮੈਂ ਵਿਆਹ ਹੀ ਨਹੀਂ ਕਰਾਉਂਦਾ। ਉਹਨੇ ਤੈਨੂੰ ਪਸੰਦ ਕੀਤਾ, ਤੇਰੇ ਨਾਲ ਵਿਆਹ ਕਰਾਇਆ, ਤੈਨੂੰ ਇੱਜ਼ਤ ਦਿੱਤੀ, ਸਾਰੀਆਂ ਤੈਨੂੰ ਖੁਸ਼ੀਆਂ ਦਿੱਤੀਆਂ, ਤੈਨੂੰ ਕਦੇ ਤੱਤੀ ਵਾਹ ਨਹੀਂ ਲੱਗਣ ਦਿੱਤੀ। ਤੂੰ ਉਹਦੇ ਪਿਆਰ ਦਾ ਆਹ ਨਾਮ ਦਿੱਤਾ, ਆਹ ਮੋੜ ਤੇ ਆ ਕੇ ਛੱਡਤਾ ਉਹਨੂੰ ਜਦੋਂ ਉਹਦੇ ਦੁਸ਼ਮਣ ਵੀ ਉਹ ਤੇ ਹਾਵੀ ਹੋ ਗਏ। ਚੱਲ ਕੋਈ ਗੱਲ ਨਹੀਂ, ਮੈਂ ਤਾਂ ਤੈਨੂੰ ਇਹ ਸੁਨੇਹਾ ਦੇਣ ਆਈ ਹਾਂ ਵੀ ਜੱਸੇ ਬਾਈ ਦਾ ਬਹੁਤ ਬੁਰਾ ਹਾਲ ਹੈ, ਉਹ ਬਹੁਤ ਸ਼ਰਾਬ ਪੀਣ ਲੱਗ ਗਿਆ, ਉਹ ਬਾਲਾ ਚਿਰ ਨਹੀਂ ਕੱਟਦਾ, ਇਹ ਵੀ ਮੈਨੂੰ ਪਤਾ ਹੈ। ਤੈਨੂੰ ਤਾਂ ਉਹਦੀ ਮੌਤ ਨਾਲ ਕੋਈ ਫਰਕ ਨਹੀਂ ਪੈਣਾ, ਪਰ ਉਹਦੇ ਮੁੰਡੇ ਨੂੰ ਉਹਨੂੰ ਲਾਂਬੂ ਲਾਉਣ ਤੋਂ ਨਾ ਰੋਕੀ, ਇੰਨਾ ਕਿਸਾਨ ਕਰਦੀ ਮੇਰੇ ਬਾਈ ਤੇ। ਐਵੇਂ ਮਾਰਦੀ ਹੈ ਭਕਾਈ ਸੁਖਪਾਲ,
ਤੈਨੂੰ ਉਹਦੀਆਂ ਗੱਲਾਂ 'ਚ ਆਉਣ ਦੀ ਕੋਈ ਲੋੜ ਨਹੀਂ। ਸੁਪਾਲ, ਤੈਨੂੰ ਮੇਰਾ ਫਿਕਰ ਕਿਵੇਂ ਹੋ ਗਿਆ ਹੁਣ? ਮੈਂ ਤਾਂ ਕਦੇ ਸੋਚਿਆ ਵੀ ਨਹੀਂ ਸੀ ਵੀ ਤੂੰ ਵਾਪਸ ਆਵੇਂਗੀ। ਮੈਨੂੰ ਤਾਂ ਥੋੜੇ ਚਿਰ ਦਾ ਗੁੱਸਾ ਸੀ, ਭੋਲੀ ਆਈ ਤੇ ਉੱਥੇ ਮੇਰੇ ਕੋਲੇ, ਉਹਨੇ ਮੈਨੂੰ ਦੱਸਿਆ ਵੀ ਸ਼ਰਾਬ ਵਾਲੀ ਪੀਣ ਲੱਗ ਗਏ ਤੁਸੀਂ। ਨਾਲੇ ਮੈਨੂੰ ਇਹ ਅਹਿਸਾਸ ਹੋ ਗਿਆ ਹੁਣ ਵੀ ਬਾਪੂ ਦਾ ਤਾਂ ਕਸੂਰ ਹੀ ਕੋਈ ਨਹੀਂ ਸੀ, ਉਹਦਾ ਤਾਂ ਖਾੜਕਾਂ ਨਾਲ ਕੋਈ ਸੰਬੰਧ ਨਹੀਂ ਸੀ, ਹੁਣ ਤਾਂ ਬਸ ਖਾੜਕਾਂ ਨੂੰ ਰੋਟੀ ਖਵਾਉਣੀ ਪੈਗੀ। ਫਿਰ ਸੁਪਾਲ, ਮੈਂ ਤੈਨੂੰ ਇਹੀ ਗੱਲ ਤਾਂ ਸਮਝਾਉਂਦਾ ਰਿਹਾ, ਤੂੰ ਸਮਝੀ ਨਹੀਂ। ਤੂੰ ਮਾੜੇ ਵਕਤ 'ਚ ਮੈਨੂੰ ਛੱਡ ਕੇ ਭੱਗ ਗਈ ਜਦੋਂ ਮੈਂ ਥਾਣੇ 'ਚ ਬੈਠਾ ਸੀ, ਹੈਂ? ਤੂੰ ਉਦੋਂ ਤੁਰ ਗਈ? ਤੂੰ ਜਿਵੇਂ ਵੀ ਤਰਸ ਨਹੀਂ ਕਰਿਆ ਮੇਰੇ 'ਤੇ, ਤੂੰ ਯਕੀਨ ਹੀ ਨਹੀਂ ਕਰਿਆ ਮੇਰੇ 'ਤੇ। ਹਾਲਾਤਾਂ ਨੇ ਮੇਰੇ ਤੋਂ ਇਹ ਗਲਤੀ ਕਰਾਤੀ, ਮੈਨੂੰ ਮਾਫ਼ ਕਰ ਦਿਉ, ਮੈਂ ਤੁਹਾਡੇ ਮੂਹਰੇ ਹੱਥ ਬੰਨ ਕੇ ਮਾਫ਼ੀ ਮੰਗਦੀ ਹਾਂ। ਮੈਂ ਤੁਹਾਨੂੰ ਗਲਤ ਸਮਝ ਬੈਠੀ ਵੀ ਤੁਸੀਂ ਸਾਤੋਂ ਐਡੀ ਗੱਲ ਦਾ ਪਰਦਾ ਰੱਖਿਆ ਨਾ, ਪਰ ਤੁਸੀਂ ਸਹੀ ਕਰਿਆ। ਜੇ ਤੁਸੀਂ ਦੱਸ ਦਿੰਦੇ ਸਾਡੇ ਘਰਦਿਆਂ ਨੂੰ ਤਾਂ ਮੇਰੀ ਮਾਂ ਨੇ ਕਦੇ ਨਹੀਂ ਮੰਨਣਾ ਸੀਗਾ ਇਹ ਰਿਸ਼ਤਾ ਕਰਨ ਵਾਸਤੇ। ਮੈਂ ਹੁਣ ਤੇਰੇ ਨਾਲ ਵਿਆਹ ਕਰਵਾ ਕੇ ਪੂਰੀ ਖੁਸ਼ ਹਾਂ ਜੱਸੇ। ਹਾਂ ਸੁਪਾਲ, ਮੈਂ ਸਿਰਫ ਤੇਰੇ ਨਾਲ ਵਿਆਹ ਕਰਾਉਣ ਵਾਸਤੇ ਇਹ ਗੱਲ 'ਤੇ ਪਰਦਾ ਪਾਇਆ ਸੀ। ਮੈਂ ਤੁਹਾਨੂੰ ਛੱਡ ਕੇ ਤੁਰ ਗਈ, ਮੈਂ ਬਹੁਤ ਵੱਡੀ ਗਲਤੀ ਕਰ ਬੈਠੀ। ਮੈਨੂੰ ਤਾਂ ਆਪਦੇ ਆਪ 'ਤੇ ਸ਼ਰਮ ਆਈ ਜਾਂਦੀ ਹੈ ਵੀ ਮੈਂ ਤੁਹਾਡੇ ਨਾਲ ਐਡੀ ਮਾੜੀ ਕਰੀ। ਮੈਨੂੰ ਇੱਕ ਵਾਰੀ ਮਾਫ਼ ਕਰ ਦਿਉ, ਮੈਂ ਜ਼ਿੰਦਗੀ 'ਚ ਕਦੇ ਵੀ ਗਲਤੀ ਨਹੀਂ ਕਰਦੀ। ਚਲ ਕੋਈ ਨਾ ਸੁਪਾਲ, ਜੋ ਹੋ ਗਿਆ ਸੋ ਹੋ ਗਿਆ, ਕੋਈ ਨਹੀਂ। ਪਰ ਮੇਰੇ ਨਾਲ ਇੱਕ ਵਾਅਦਾ ਕਰੋ, ਤੁਸੀਂ ਜ਼ਿੰਦਗੀ 'ਚ ਮੁੜ ਕੇ ਸ਼ਰਾਬ ਨਹੀਂ ਪੀਓਗੇ। ਨਹੀਂ ਪੀਂਦਾ ਸੁਪਾਲ, ਨਵੀਂ ਨਹੀਂ ਪੀਂਦਾ। ਕੀ ਸੋਚਣ 'ਚ ਪੈ ਰਹੇ ਹੋ ਤੁਸੀਂ? ਨਾ ਕੁਛ ਨਹੀਂ ਸੁਪਾਲ, ਮੈਨੂੰ ਪਤਾ ਹੈ ਤੁਸੀਂ ਕੀ ਸੋਚਦੇ ਹੋਵੋਗੇ, ਆਪਣੀ ਜ਼ਮੀਨ ਬਾਰੇ ਸੋਚਦੇ ਹੋਵੋਗੇ ਜਿਹੜੀ ਵਿੰਦਰ ਨੇ ਦੱਬਲੀ ਚਾਰਕ ਨਾਲ। ਹਾਂ ਸੁਪਾਲ, ਅਖੀਰ ਉਹ ਆਪਦੀ ਹਿੰਡ ਪਗਾ ਹੀ ਗਿਆ। ਨਹੀਂ, ਆਪਾਂ ਉਹਦੀ ਹਿੰਡ ਪੁੱਗਣ ਨਹੀਂ ਦੇਣੀ। ਇਹ ਸਾਰੇ ਤੈਨੂੰ ਕਹਿੰਦੇ ਨਾ ਖਾੜਕੂ ਦਾ ਪੁੱਤ, ਖਾੜਕੂ ਦਾ ਪੁੱਤ, ਉਹਨੂੰ ਜਾ ਕੇ ਦੱਸੋ ਵੀ ਖਾੜਕੂ ਦਾ ਪੁੱਤ ਕੀ ਹੁੰਦਾ। ਮੈਨੂੰ ਅੱਜ ਸਿਆਲਾਂ ਵਾਲਾ ਸੂਟ ਦਵਾ ਕੇ ਲਿਆਓ ਬਲਾਡੇ ਤੋਂ, ਆ ਤਾਂ ਸਾਰੇ ਪੁਰਾਣੇ ਹੋ ਗਏ। ਕੋਈ ਨਾ, ਮੈਂ ਨਿਬੇੜਲਾ ਕੰਮ ਜਾਂ ਫਿਰ ਵਗ ਚੱਲਾਂਗੇ। ਹਾਂ ਦਵਾ ਕੇ ਲਿਆਓ। ਬਿੰਦਰਾ, ਮੈਂ ਤੈਨੂੰ ਇਹ ਸੁਨੇਹਾ ਦੇਣ ਆਇਆ ਵੀ ਮੈਂ ਜਾਂਦਾ ਖੇਤ ਚਾਰ ਕਨਾਲਾਂ ਦਾ ਕਬਜ਼ਾ ਲੈਣ। ਜੇ ਤੇਰੇ 'ਚ ਹਿੰਮਤ ਹੈ ਤਾਂ ਆ ਜਾ ਮੇਰੇ ਮਗਰ, ਰੋਕ ਲੈ ਮੈਨੂੰ। ਤੂੰ ਮੇਰੇ ਬਾਪੂ ਨੂੰ ਖਾੜਕੂ ਦੱਸਦਾ ਸੀ ਨਾ, ਅੱਜ ਮੈਂ ਤੈਨੂੰ ਦੱਸੂਗਾ ਖਾੜਕੂ ਦਾ ਪੁੱਤ ਕਰਦਾ ਕੀ ਹੁੰਦਾ। ਆ ਜੀ ਮੇਰੇ ਮਗਰ, ਉੱਥੇ ਤੈਨੂੰ ਡੀਕੂਗਾ ਖਾੜਕੂ ਜੱਟ 'ਚ। ਹੁਣ ਕੀ ਕਰੀਏ ਪੰਮੀ? ਨਾ ਨਾ ਰਹਿਣੀ ਦੇ, ਰਹਿਣ ਦੇ ਤੂੰ, ਐਵੇਂ ਤੇਰੀ ਕੋਈ ਲੱਤ ਬਾਂਹ ਭੰਨ ਦੂਗਾ ਇਹ। ਹਾਂਜੀ, ਸਤਿ ਸ਼੍ਰੀ ਅਕਾਲ, ਸਲਾਮ ਅਦਾਬ ਨਮਸਕਾਰ, ਤੁਸੀਂ ਜੁੜੇ ਹੋ ਪੇਂਡੂ ਬਿਰਸਾ ਦੇ ਨਾਲ। ਹੁਣ ਵਾਰੀ ਹੈ ਤੁਹਾਡੀ ਕਮੈਂਟ ਕਰਨ ਵਾਲਿਆਂ ਦੀ। ਅਮਰੀਕ ਸਿੰਘ, ਭੁੰਦੜਵਾਸ ਮੰਡੇਰ ਨੇ, ਵਿਜੇ ਕਪੂਰਥਲਾ, ਬਲਦੇਵ ਸਿੰਘ ਅਤੇ ਮਨਜੀਤ ਕੌਰ ਘੱਗਰ ਸਰਾਏ, ਦਵਿੰਦਰ ਕਲਸੀ ਨਿਊਜ਼ੀਲੈਂਡ, ਅਜੈ ਬੌਲਖ ਭਲਵਾਨ ਧੂਰੀ, ਸੁਖਬੀਰ ਕੌਰ ਪਿੰਡ ਡੋਲੀ ਭਾਈ ਮੋਗਾ, ਸ਼ੈਂਕੀ ਸਿੰਘ ਅਤੇ ਮਨਜੀਤ ਕੁਲਾਰ, ਬਲਵਿੰਦਰ ਕੌਰ ਸੈਂਬੀ, ਸ਼ਾਰੀਆ ਸ਼ਾਇਦ ਸਵਿਟਜ਼ਰਲੈਂਡ, ਰਾਜਵੀਰ ਮਾਨ, ਮਨਜੀਤ ਕੌਰ, ਜੱਸੀ ਗੌਰਵ ਦਿੱਲੀ, ਬਲਜੀਤ ਸਿੰਘ ਦਿਓਲ ਰਾਣੀਆਂ ਸਿਰਸਾ, ਰੁਪਿੰਦਰਜੀਤ ਸਿੰਘ ਦੌਲਤਪੁਰਾ ਮੋਗਾ, ਇੰਦਰਜੀਤ ਕੌਰ ਬਠਿੰਡਾ,
ਕੀਰਤ ਮਾਨਸਾ ਹੁਸਨਪ੍ਰੀਤ ਦੀਪ ਬੁਟੀਕ ਬਠਿੰਡਾ ਅਤੇ ਮਨਜੀਤ ਚੌਹਾਨ। ਸ਼ੁਕਰੀਆ ਜੀ, ਮਿਹਰਬਾਨੀ ਜਿਹੜਾ ਤੁਸੀਂ ਐਪਰੀਸ਼ੀਏਟ ਕਰ ਰਹੇ ਹੋ। ਇਸੇ ਤਰ੍ਹਾਂ ਪਿਆਰ ਬਣਾਈ ਰੱਖਿਓ ਅਤੇ ਕਰਦੇ ਰਹੋ ਸੋਹਣੇ ਸੋਹਣੇ ਕਮੈਂਟ। ਪੂਰੀ ਵੀਡੀਓ ਦੇਖ ਕੇ ਕਮੈਂਟ ਕਰਿਆ ਕਰੋ ਜੀ, ਵਧੀਆ ਲੱਗੀ ਤਾਂ ਸ਼ੇਅਰ ਵੀ ਜ਼ਰੂਰ ਕਰਿਆ ਕਰੋ। ਪੂਰੀ ਵੀਡੀਓ ਦੇਖ ਕੇ ਸਾਡੇ ਕੰਟੈਂਟ ਦਾ ਅਸਲ ਪਤਾ ਲੱਗਦਾ। ਵੀਡੀਓ ਤਾਂ ਤੁਸੀਂ ਹੋਰ ਵੀ ਬਹੁਤ ਦੇਖਦੇ ਹੋ, ਪਰ ਪੂਰੀ ਵੀਡੀਓ ਦੇਖ ਕੇ ਦੱਸਿਆ ਕਰੋ ਕਿਵੇਂ ਵੀਡੀਓ ਲੱਗੀ। ਮਿਹਰਬਾਨੀ ਜੀ, ਰੱਬ ਰੱਖ। ਪਿੰਡ ਵਿਰਸਾ ਸਬਸਕ੍ਰਾਈਬ ਕਰ ਦਿਓ, ਜਿਨ੍ਹਾਂ ਨੇ ਨਹੀਂ ਕੀਤਾ ਜ਼ਰੂਰ ਕਰ ਦਿਓ। ਧੰਨਵਾਦ।